ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਆਪਣਾ ਟੀਵੀ ਤੇ ਤੁਹਾਡੀ ਆਪਣੀ ਹੋਸਟ ਬਲਜਿੰਦਰ ਕੌਰ ਦੇ ਨਾਲ ਮੇਰੇ ਨਾਲ ਅੱਜ ਸਟੂਡੀਓ 'ਚ ਨੇ ਜੀ ਰਾਜ ਸੰਧੂ ਜੀ ਰਾਜ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਟੀਵੀ ਦੇਖਣ ਵਾਲੇ ਸੁਣਨ ਵਾਲੇ ਸਾਰੇ ਆਪਣਿਆਂ ਨੂੰ ਰਾਜ ਸੰਧੂ ਵੱਲੋਂ ਸਤਿ ਸ਼੍ਰੀ ਅਕਾਲ ਜੀ ਜੀ ਰਾਜ ਜੀ ਤੁਸੀਂ ਇੱਕ ਹਾਈਵੇ 5 ਮੂਵੀ ਲੈ ਕੇ ਆਏ ਆ ਨਾਂ ਤਾਂ ਬੜਾ ਅਲੱਗ ਜਿਹਾ ਆ ਜੀ ਜਦੋਂ ਅਸੀਂ ਦੇਖਦੇ ਹਾਂ ਪੰਜਾਬੀ ਮੂਵੀ ਦੀ ਕਿਸੇ ਦੀ ਗੱਲ ਕਰਦੇ ਹਾਂ ਤੇ ਨਾਂ ਵੱਖਰੇ ਤਰ੍ਹਾਂ ਦੇ ਹੁੰਦੇ ਆ ਪਰ ਤੁਹਾਡੀ ਮੂਵੀ ਦਾ ਨਾਂ ਦੇਖ ਕੇ ਪਹਿਲਾਂ ਤੇ ਕੁਝ ਮਿੰਟਾਂ ਲਈ ਇਹ ਲੱਗਦਾ ਕਿ ਇਹ ਪੰਜਾਬੀ ਮੂਵੀ ਹੋਊਗੀ ਇਹਦੇ ਬਾਰੇ ਤੁਸੀਂ ਸਾਨੂੰ ਪਹਿਲਾਂ ਤਾਂ ਕੁਝ ਦੱਸੋ ਕਿ ਹਾਈਵੇ 5 ਇਹ ਨਾਂ ਕਿੱਦਾਂ ਤੁਹਾਡੇ ਜਿਹਨ ਚ ਆਇਆ ਜਦੋਂ ਤੁਸੀਂ ਕਿਹਾ ਵੀ ਇਹ ਵੱਖਰਾ ਨਾਮ ਹੈ ਤੇ ਫਿਲਮ ਵੀ ਬਹੁਤ ਵੱਖਰੀ ਆ ਜੀ ਤੇ ਬਿਲਕੁਲ ਅਲੱਗ ਫਿਲਮ ਹੈ ਸਾਡੀ ਟਿਪੀਕਲ ਪੰਜਾਬੀ ਫਿਲਮ ਵਾਂਗੂ ਨਹੀਂ ਹੈਗੀ ਤੇ ਤਿੰਨ ਚਾਰ ਚਾਰ ਦੋਸਤਾਂ ਦੀ ਸਟੋਰੀ ਆ ਤਿੰਨ ਜਿਹੜੇ ਦੋਸਤ ਹੁੰਦੇ ਆ ਸਰੀ ਦੇ ਵਿੱਚ ਨੇ ਚੌਥਾ ਰਹਿੰਦਾ ਕ੍ਰੋਸ ਦਾ ਬਾਰਡਰ ਅਮਰੀਕਾ ਦੇ ਵਿੱਚ ਤੇ ਕ੍ਰੋਸ ਦਾ ਬਾਰਡਰ ਤਿੰਨ ਫਰੈਂਡ ਸਵੇਰ ਨੂੰ ਸੰਡੇ ਤੁਹਾਨੂੰ ਪਤਾ ਸਾਰੇ ਦੁੱਧ ਲੈਣ ਉੱਥੇ ਜਾਈਦਾ ਗੈਸ ਲੈਣ ਉੱਥੇ ਜਾਈਦਾ ਤੇ ਉੱਧਰ ਦੁੱਧ ਲੈਣ ਜਾਂਦੇ ਨੇ ਉਹ ਤੇ ਸਾਡਾ ਜਿਹੜਾ ਉੱਥੇ ਕੋਸਕੋ ਆ ਜਾਂ ਜਿਹੜੇ ਵੀ ਸਟੋਰਾਂ ਤੋਂ ਆਪਣੀ ਗ੍ਰੋਸਰੀ ਕਰਦੇ ਹਾਂ ਜਾਂ ਗੈਸ ਲੈਂਦੇ ਹਾਂ ਉਹ ਹਾਈਵੇ 5 ਆ ਜਿੱਥੋਂ ਸਾਨੂੰ ਜਾਣਾ ਪੈਂਦਾ ਹਾਈ 5 ਦੇ ਉੱਤੇ ਤੇ ਹਾਈਵੇ 5 ਕੈਨੇਡਾ ਤੋਂ ਸ਼ੁਰੂ ਹੋ ਕੇ ਬਾਰਡਰ ਤੋਂ ਸ਼ੁਰੂ ਹੋ ਕੇ ਇਹ ਮੈਕਸੀਕੋ ਬਾਰਡਰ ਤੱਕ ਜਾਂਦਾ ਤੇ ਫਸਟ ਰੋਡ ਮੂਵੀ ਆ ਪੰਜਾਬੀ ਦੇ ਵਿੱਚ ਤੇ ਇਸ ਕਰਕੇ ਬਿਲਕੁਲ ਅਲੱਗ ਫਿਲਮ ਆ ਇਹ ਸੋ ਇਹ ਹਾਈਵੇ ਦੇ ਉੱਤੇ ਬਣੀ ਗਈ ਮੂਵੀ ਹੈ ਹਾਂਜੀ ਬਿਲਕੁਲ ਸੋ ਤੁਸੀਂ ਕਹਿ ਲਓ ਕਿ ਕੈਨੇਡਾ ਦੇ ਬਾਰਡਰ ਤੋਂ ਕ੍ਰੋਸ ਕਰਕੇ ਤੁਸੀਂ ਅਮਰੀਕਾ ਚ ਐਂਟਰ ਹੁੰਦੇ ਆ ਹਾਈਵੇ 5 ਤੇ ਹਾਂਜੀ ਤੇ ਤੁਸੀਂ 5 ਹਾਈਵੇ ਤੇ ਹੀ ਰਹਿੰਦੇ ਆ ਹਾਂਜੀ ਕਿੰਨੀ ਦੂਰ ਜਾਂਦੇ ਆ ਜੀ ਹਾਈਵੇ ਤੇ ਜੇ ਸਾਡੀ ਫਿਲਮ ਦੀ ਸ਼ੂਟਿੰਗ ਆ ਉਹ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਵਿੱਚ ਵਾ ਹੁਣ ਤੁਸੀਂ ਆਪ ਲਾ ਲਓ ਕਿੱਥੇ ਤੱਕ ਜਾਵਾਂਗੇ ਅਸੀਂ ਬਿਲਕੁਲ ਬਹੁਤ ਅਲੱਗ ਫਿਲਮ ਆ ਜਿੱਦਾਂ ਭਈ ਬੜੀ ਹਲਕੀ ਫੁਲਕੀ ਕਾਮੇਡੀ ਸ਼ੁਰੂ ਹੁੰਦੀ ਆ ਕੋਈ ਜਿੱਦਾਂ ਕੋਈ ਜੋਕ ਨਹੀਂ ਹੈਗੇ ਇਹਦੇ ਵਿੱਚ ਜਿੱਦਾਂ ਅਸੀਂ ਜੋੜਿਓ ਜਿਹੜੀ ਇਹ ਕਾਮੇਡੀ ਬੜੀ ਸਿਚੁਏਸ਼ਨਲ ਕਾਮੇਡੀ ਆ ਨਾ ਫੋਰਸ ਕੀਤਾ ਗਿਆ ਬੜੇ ਸਿੰਪਲ ਡਾਇਲੋਗ ਨੇ ਅਤੇ ਜਿਹੜਿਆਂ ਵਿੱਚੋਂ ਕਾਮੇਡੀ ਕ੍ਰੀਏਟ ਹੋ ਰਹੀ ਆ ਇੱਦਾਂ ਦੀ ਅਸੀਂ ਕਿਸੇ ਹਸਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਜਿਨ੍ਹਾਂ ਨੇ ਵੀ ਅਸੀਂ ਸਕਰੀਨ ਕੀਤੀ ਸੀ ਆ ਹਫ਼ਤਾ ਪਹਿਲਾਂ ਕੈਲੀਫੋਰਨੀਆ ਵੀ ਕੀਤੀ ਸੀ ਬੰਬੇ ਵੀ ਕੀਤੀ ਸੀ ਸਭ ਨੇ ਕਿਹਾ ਸੀ ਕਹਿੰਦੇ ਇਹ ਤੁਸੀਂ ਕਾਮੇਡੀ ਫੋਰਸ ਨਹੀਂ ਕਰ ਰਹੇ ਤੁਹਾਡੀਆਂ ਗੱਲਾਂ ਵਿੱਚੋਂ ਕਾਮੇਡੀ ਨਿਕਲ ਗਈ ਆ ਸੋ ਜਿਹੜੀਆਂ ਤੁਸੀਂ ਨੋਰਮਲ ਗੱਲਾਂ ਕਰਦੇ ਆ ਚਾਰ ਦੋਸਤ ਤਿੰਨ ਕੈਨੇਡਾ ਤੋਂ ਗਏ ਇੱਕ ਅਮਰੀਕਾ ਤੋਂ ਤੁਹਾਡੇ ਨਾਲ ਰਲਿਆ ਹਾਂਜੀ ਸੋ ਤੁਸੀਂ ਨੋਰਮਲ ਜਿਹੜੀਆਂ ਗੱਲਾਂ ਕਰਦੇ ਆ ਤੇ ਉਹਦੇ ਵਿੱਚੋਂ ਹੀ ਹਿਊਮਰ ਨਿਕਲ ਰਿਹਾ ਹਾਂਜੀ ਤੁਹਾਨੂੰ ਇਹ ਨਹੀਂ ਲੱਗੇਗਾ ਵੀ ਅਸੀਂ ਡਾਇਲੋਗ ਹੋ ਰਹੇ ਹਾਂ ਕਹਿੰਦਾ ਵੀ ਹਾਂਜੀ ਹੁਣ ਐਕਸ਼ਨ ਸਾਨੂੰ ਕਿਹਾ ਤੇ ਹੁਣ ਅੱਛਾ ਇਦਾਂ ਜਿਹਾ ਲੇਕਿਨ ਬੜੀ ਬੜੀ ਲਾਈਕ ਬੜੀ ਲਾਈਟਲੀ ਜਿੱਦਾਂ ਅਸੀਂ ਗੱਲਾਂ ਕਰਦੇ ਜਿੱਦਾਂ ਅਸੀਂ ਆਮ ਦੋਸਤ ਕਰ ਰਹੇ ਹਾਂ ਨਾ ਪਰ ਤੁਸੀਂ ਬੜੇ ਇੰਜੋਏ ਕਰੋਗੇ ਕਿ ਇਹ ਯਾਰ ਕੋਈ ਜਿਹੜਾ ਦੇਖੂਗਾ ਫਿਲਮ ਨੂੰ ਉਹ ਇਹ ਕਹੇਗਾ ਨਾ ਯਾਰ ਮੇਰੀ ਫਿਲਮ ਆ ਇਹ ਮੈਂ ਆ ਹਨਾ ਵੀ ਇਹ ਐਕਟਰ ਨਹੀਂ ਹੈਗੇ ਇਹ ਔਰ ਜਦੋਂ ਅਸੀਂ ਮੂਵੀ ਦੀ ਗੱਲ ਕਰਦੇ ਹਾਂ ਕਿ ਬੰਬੇ 'ਚ ਰਹਿ ਕੇ ਤੁਸੀਂ ਤਾਲੀਮ ਹਾਸਲ ਕੀਤੀ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਤੁਸੀਂ ਕੈਨੇਡਾ ਦੇ ਰਹਿਣ ਵਾਲੇ ਹੋ ਹਾਂਜੀ ਮੈਂ 96 ਵਿੱਚ ਕੈਨੇਡਾ ਆਇਆ ਸੀ ਅਤੇ 2004 ਦੇ ਵਿੱਚ ਮੈਂ ਚਲ ਗਿਆ ਸੀ ਬੰਬੇ ਐਕਟਿੰਗ ਸਿੱਖਣ ਪਰ ਐਕਟਿੰਗ ਪਹਿਲਾਂ ਤਾਂ ਮੈਂ ਐਕਟਿੰਗ ਕਰਨ ਗਿਆ ਸੀ ਕਿ ਮੈਂ ਤਾਂ ਐਕਟਰ ਹੈਗਾ ਹਾਂ ਬੜੇ ਡੋਲੇ ਛੋਲੇ ਬਣਾ ਕੇ ਨਾ ਵੀ ਐਕਟਿੰਗ ਇਹਨੂੰ ਕਹਿੰਦੇ ਆ ਅਤੇ ਪਰ ਉੱਥੇ ਜਾ ਕੇ ਮੈਨੂੰ ਜਲਦੀ ਪਤਾ ਲੱਗ ਗਿਆ ਸੀ ਕਿ ਨਹੀਂ ਐਕਟਿੰਗ ਸਿੱਖਣ ਵਾਲੀ ਚੀਜ਼ ਵਾ ਸਿੱਖਣ ਵਾਲੀ ਵੀ ਨਹੀਂ ਬਈ ਜ਼ਿਆਦਾ ਹੀ ਸਿੱਖਣ ਵਾਲੀ ਚੀਜ਼ ਵਾ ਸੋ ਜਦੋਂ ਤੁਸੀਂ ਪਹਿਲਾਂ ਗਏ ਸੀ ਸਿਰਫ ਇੱਕ ਇਸ ਮਕਸਦ ਦੇ ਨਾਲ ਗਏ ਸੀ ਕਿ ਮੈਂ ਬੰਬੇ ਜਾ ਕੇ ਹਾਂਜੀ ਆਪਣੀ ਕਹਿ ਲਓ ਕਿ ਕਿਸਮਤ ਅਜਮਾਉਣੀ ਹੈ ਕਿ ਕਿਸੇ ਮੂਵੀ 'ਚ ਮੈਨੂੰ ਚਾਂਸ ਮਿਲ ਜੂਗਾ ਤੇ ਠੀਕ ਹੈ ਜੀ ਪਰ ਉੱਥੇ ਜਾ ਕੇ ਤੁਹਾਨੂੰ ਰੀਅਲਾਈਜ਼ ਹੋਇਆ ਕਿ ਨਹੀਂ ਤੁਹਾਨੂੰ ਤਾਂ ਇਹਦੇ ਬਾਰੇ ਸਿੱਖਣਾ ਬਹੁਤ ਕੁਝ ਪੈਣਾ ਸੋ ਕਿੰਨਾ ਟਾਈਮ ਲਾਇਆ ਤੁਸੀਂ ਉੱਥੇ ਸਿੱਖਣ ਲਈ ਜਦੋਂ ਮੈਂ ਕੋਰਸ ਸਟਾਰਟ ਕੀਤਾ ਸੀ ਤਾਂ 5 ਮਹੀਨੇ ਦਾ ਕੋਰਸ ਸੀ 5 ਤੋਂ 6 ਮਹੀਨੇ ਦਾ ਤੇ ਜਦੋਂ ਮੈਂ ਪੂਰਾ ਕੋਰਸ ਕਰ ਲਿਆ ਫਿਰ ਮੈਨੂੰ ਪਤਾ ਲੱਗਿਆ ਮੈਂ ਤਾਂ ਹੱਲ ਵੀ ਕੁਛ ਨਹੀਂ ਆਉਂਦਾ ਕਿਉਂਕਿ ਮੈਂ ਸਮਝ ਆ ਗਈ ਸੀ ਉਸ ਚੀਜ਼ ਦੀ ਹਨਾ ਭਈ ਉਸ ਵੇਲੇ ਤੱਕ ਇੰਨਾ ਸੀਗਾ ਵੀ ਹਾਂਜੀ ਰੋਣ ਵਾਲਾ ਸੀ ਰੋ ਕੇ ਕਰਨਾ ਹੱਸਣ ਵਾਲਾ ਸੀ ਹੱਸ ਕੇ ਕਰਨਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜਿਹੜਾ ਰੋਣ ਵਾਲਾ ਸੀ ਰੋ ਕੇ ਹੀ ਕਰਨਾ ਅਸੀਂ ਰੋਣ ਵਾਲੇ ਸੀਨ ਨੂੰ ਵੀ ਹੱਸ ਕੇ ਕਰ ਸਕਦੇ ਹਾਂ ਹਨਾ ਪਰ ਉਹ ਹੱਸ ਤੁਹਾਡੀ ਜਿਹੜੀ ਸਮਾਈਲ ਫੇਸ 'ਤੇ ਉਹਦੇ ਵਿੱਚ ਦਰਦ ਹੋਣਾ ਚਾਹੀਦਾ ਜਿਹੜੀਆਂ ਬਾਰੀਕੀਆਂ ਸੀਗੀਆਂ ਇਹਨਾਂ ਵਿੱਚ ਮੈਂ ਬਹੁਤ ਪੈ ਗਿਆ ਫਿਰ ਮੈਂ ਕਿਹਾ ਨਹੀਂ ਮੈਂ ਹੁਣ ਜੇ ਆਇਆ ਹਾਂ ਤਾਂ ਮੇਰਾ ਐਕਚੁਲੀ ਜ਼ਿੰਦਗੀ ਦਾ ਮਕਸਦ ਇਹ ਸੀਗਾ ਕਿ ਮੈਂ ਐਕਟਰ ਬਣਨਾ ਅਤੇ ਜੇ ਮੈਂ 2-4 ਸਾਲ ਲੱਗ ਵੀ ਗਏ ਡਜ਼ਨਟ ਮੈਟਰ ਪਰ ਇਹਨਾਂ ਦਾ ਪਤਾ ਮੈਨੂੰ 12 ਸਾਲ ਲੱਗ ਜਾਂਦੇ ਆ ਅਤੇ ਫਿਰ ਮੈਨੂੰ 2007 ਦੇ ਵਿੱਚ ਕਵੀ ਰਾਜ ਜਿਹੜੇ ਸਾਡੇ ਫਿਲਮ ਡਾਇਰੈਕਟਰ ਨੇ ਉਹ ਮਿਲੇ ਨੇ ਜਦੋਂ ਫਿਲਮ ਦੇਖੀ ਗੋਲਡ ਬ੍ਰੇਸਲੈਟ ਤਾਂ ਮੈਂ ਉਹ ਫਿਲਮ ਦੇਖ ਕੇ ਈਵਨ ਮੇਰੇ ਜੋ ਟੀਚਰ ਨੇ ਕਿਸ਼ੋਰ ਨਾਮ ਕਪੂਰ ਉਹਨੇ ਵੀ ਕਿਹਾ ਕਹਿੰਦੇ ਬੇਟਾ ਬਹੁਤ ਅੱਛੀ ਪਿਕਚਰ ਬਣੀ ਹੈ ਔਰ ਇਹ ਬਹੁਤ ਅੱਛਾ ਕੰਮ ਕਰ ਰਹੇ ਹੈ ਕਵੀ ਰਾਜ ਜੀ ਕਵੀ ਆਏ ਤੋਂ ਮੈਨੂੰ ਮਿਲਾਉਣਾ ਤਾਂ ਫਿਰ ਪਤਾ ਲੱਗਾ ਵੀ ਕਵੀ ਜੀ ਨੇ ਜਿਹੜਾ ਕੋਰਸ ਕੀਤਾ ਸੀਗਾ ਅਰਲੀ 80 ਦੇ ਵਿੱਚ ਲੀ ਸਟਾਰ ਵਰਗ ਸੀ ਹਾਂਜੀ ਅਤੇ 4 ਸਾਲ ਦਾ ਕੋਰਸ ਸੀ ਉਹਨਾਂ ਦਾ ਤਾਂ ਉਹਨਾਂ ਤੋਂ ਮੈਂ ਜਿੰਨਾ ਵੀ ਬਾਰੀਕੀਆਂ ਸਿੱਖੀਆਂ ਇਸ ਚੀਜ਼ ਬਾਰੇ ਤਾਂ ਉਹ ਹਾਲੇ ਤੱਕ ਸਿੱਖੀ ਜਾਂਦਾ ਹੁਣ ਮੈਨੂੰ ਫਿਰ ਲੱਗ ਰਿਹਾ ਕਿ ਨਹੀਂ ਯਾਰ ਹਾਲੇ ਹੋਰ ਸਿੱਖਣਾ ਹਾਲੇ ਹੈ ਨਾ ਜਿਹੜੀ ਸਮੁੰਦਰ ਵੱਜਦਾ ਕਹਿ ਲਓ ਇਹ ਚੀਜ਼ ਸੋ ਇਹ ਮੂਵੀ ਜਿਹੜੀ ਕਵੀ ਰਾਜ ਹੋਣਾ ਨੇ ਬਣਾਈ ਹੈਗੀ ਹਾਂਜੀ ਤੇ ਇਹਦੀ ਸਟੋਰੀ ਕਿਹਦੀ ਹੈਗੀ ਹੈ ਰਾਜ ਜੀ ਉਹ ਕਿਹਨਾਂ ਨੇ ਲਿਖੀ ਸਟੋਰੀ ਕਵੀ ਜੀ ਨੇ ਲਿਖੀ ਆ ਡਾਇਲੋਗ ਐਵਰੀਥਿੰਗ ਅਤੇ ਮੈਂ ਉੱਦਾਂ ਵੈਸੇ ਕਵੀ ਜੀ ਨੂੰ ਕਿਹਾ ਸੀਗਾ ਮੈਂ ਕਿਹਾ ਭਈ ਅਸੀਂ ਦੁੱਧ ਲੈਣ ਜਾਂਦੇ ਹਾਂ ਹਾਈਵੇ 5 ਆ ਭਈ ਕੋਈ ਇੰਨੀ ਇੰਟਰਸਟਿੰਗ ਸਟੋਰੀ ਹੋਵੇ ਭਈ ਅਸੀਂ ਯਾਨੀ ਹਾਈਵੇ ਦੇ ਉੱਤੇ ਇੱਕ ਦੁੱਧ ਲੈਣ ਆਏ ਹੋ ਸਿੰਪਲ ਮੁੰਡੇ ਭਈ
ਹਾਈਵੇ 5 ਤੋਂ ਪਿੱਛੇ ਨਹੀਂ ਮੁੜ ਸਕਦੇ ਕਿ ਸਾਡੇ ਮੋਸਟਲੀ ਪੰਜਾਬੀਆਂ ਦੇ ਤਕਰੀਬਨ ਸਾਰਿਆਂ ਦਾ ਹੁੰਦਾ ਵੀ ਜੇ ਰਾਤ ਨੂੰ ਜ਼ਿਆਦਾ ਪੀਲੋ ਸਵੇਰ ਨੂੰ ਕਹਿੰਦੇ 2-2 ਪੀਲੋ ਹੈਂਗ ਓਵਰ ਉੱਤਰ ਜਾਂਦਾ ਤੁਹਾਡਾ ਥੋੜ੍ਹੇ ਠੀਕ ਹੋ ਜਾਂਦੇ ਆ ਅਤੇ ਉਹ ਸਾਡੇ ਨਾਲ ਵੀ ਹੋਇਆ ਵੀ ਸਵੇਰ ਨੂੰ ਉੱਠ ਕੇ ਥੋੜ੍ਹੀ ਪੀਣੀ ਜਲਦੀ ਸ਼ੁਰੂ ਕਰ ਦਿੱਤੀ ਲਾਈਕ ਰੀਅਲ ਵਿੱਚ ਤਾਂ ਨਹੀਂ ਪੀਤੀ ਲਾਈਕ ਕ੍ਰਿਕਟਰ ਦੇ ਹਿਸਾਬ ਨਾਲ ਹੈ ਨਾ ਤਾਂ ਫਿਰ ਉਸ ਤੋਂ ਬਾਅਦ ਅਸੀਂ ਜਿੱਦਾਂ ਹਾਈਵੇ 5 ਦੇ ਉੱਤੇ ਜਿਹੜੀ ਬੜੀ ਫੋਰਸ ਕਰਕੇ ਨਹੀਂ ਇਹਨੂੰ ਕੀਤਾ ਵੀ ਸਾਨੂੰ ਅਸੀਂ ਉੱਦੇ ਤੁਰੇ ਹਾਂ ਬੜੀ ਸਿਚੁਏਸ਼ਨ ਦੇ ਹਿਸਾਬ ਨਾਲ ਸਾਨੂੰ ਜਾਣਾ ਪੈਂਦਾ ਸੀ ਪਰ ਜਾਣਾ ਨਹੀਂ ਚਾਹੁੰਦੇ ਪਰ ਸਾਨੂੰ ਹੈਵ ਟੂ ਜਾਣਾ ਪੈਂਦਾ ਅਤੇ ਬੜੀ ਹਲਕੀ ਫੁਲਕੀ ਕਾਮੇਡੀ ਕਰਦੇ ਲੋਕ ਬੜਾ ਇੰਜੋਏ ਕਰਦੇ ਆ ਅਤੇ ਸਡਨਲੀ ਸਾਡੀ ਉਹ ਥੋੜ੍ਹੀ ਇਮੋਸ਼ਨਲ ਹੋ ਜਾਂਦੀ ਸਟੋਰੀ ਕਿਉਂਕਿ ਸਾਨੂੰ ਸਾਡੇ ਹੁੰਦੀ ਆ ਨਾ ਪੰਜਾਬੀਆਂ ਦੀ ਵੀ ਥੋੜ੍ਹੀ ਹੈਗੀ ਇੱਕ ਹਰੇਕ ਘਰ ਦੀ ਸਟੋਰੀ ਆ ਵੀ ਛੋਟੀਆਂ ਛੋਟੀਆਂ ਚੀਜ਼ਾਂ ਕਰਕੇ ਹੈ ਨਾ ਅਸੀਂ ਵੱਡੇ ਵੱਡੇ ਰਿਸ਼ਤੇ ਛੱਡੇ ਹੋ ਆ ਅਸੀਂ ਬੈਠ ਕੇ ਉਹਨੂੰ ਸੋਲਵ ਨਹੀਂ ਕਰਦੇ ਇੱਧਰ ਸਾਡੇ ਚਾਰਾਂ ਕ੍ਰਿਕਟਰਾਂ ਦਾ ਨਾ ਅਚਾਨਕ ਹੀ ਇੱਕ ਇੱਕ ਇਹੋ ਜਿਹਾ ਸਾਡਾ ਰਿਸ਼ਤਾ ਉੱਧਰਲੇ ਪਾਸੇ ਨਿਕਲਦਾ ਜਿਹੜਾ ਮੈਨੂੰ ਅਚਾਨਕ ਮਿਲਦੀ ਕੋਈ ਕੁੜੀ ਉਹਦਾ ਮੇਰਾ ਰਿਸ਼ਤਾ ਕੀ ਸੀਗਾ ਅਤੇ ਜਦੋਂ ਮੈਂ ਅਚਾਨਕ ਸਟੋਰ 'ਤੇ ਮਿਲਦਾ ਅਤੇ ਉਹ ਬੜੀ ਇਮੋਸ਼ਨ ਉੱਥੋਂ ਹੋ ਜਾਂਦੀ ਆ ਅਤੇ ਫਿਰ ਜਿਹੜਾ ਇੱਕ ਸਾਡਾ ਕ੍ਰਿਕਟਰ ਆ ਉਹਦੀ ਵਾਈਫ ਨਾਲ ਉਹਦੀ ਸੈਪਰੇਸ਼ਨ ਹੋਈ ਹੁੰਦੀ ਆ ਅਤੇ ਉਹ ਉਹਦੇ ਵੀ ਆਉਂਦਾ ਮਨ 'ਚ ਨਹੀਂ ਕਹਿੰਦਾ ਯਾਰ ਅਸੀਂ ਐਡੀ ਦੂਰ ਅਸੀਂ ਆਏ ਹਾਂ ਪਤਾ ਨਹੀਂ ਰੱਬ ਨੇ ਜਿਹੜਾ ਅਸੀਂ ਦੁੱਧ ਲੈਣ ਘਰੋਂ ਨਿਕਲੇ ਹਾਂ ਅਸੀਂ ਆਮ ਹਰੇਕ ਵੀਕ ਆਈਦਾ ਪਰ ਐਤਕੀ ਐਡੀ ਦੂਰ ਕਿਉਂ ਆ ਗਏ ਅਸੀਂ ਖਰੇ ਰੱਬ ਨੇ ਸਾਨੂੰ ਹੁਣ ਮਿਲਾਉਣਾ ਸੀਗਾ ਫਿਰ ਆਪਣੀ ਵਾਈਫ ਕੋਲ ਜਾਂਦਾ ਵੀ ਮੇਰੀਆਂ ਗਲਤੀਆਂ ਸੀਗੀਆਂ ਠੀਕ ਆ ਅਸੀਂ ਕਈ ਵਾਰੀ ਜ਼ਿੰਦਗੀ ਵਿੱਚ ਜੇ ਛੋਟੀ ਹੈ ਵੀ ਵਿਆਹ ਕਰਵਾ ਲੈਂਦੇ ਪਰ ਸਾਨੂੰ ਮੈਰਿਜ ਦੀ ਜਿਹੜੀ ਜ਼ਿੰਮੇਵਾਰੀ ਆ ਉਹਦਾ ਨਹੀਂ ਪਤਾ ਹੁੰਦਾ ਅਹਿਸਾਸ ਨਹੀਂ ਹੁੰਦਾ ਫਿਰ ਅਸੀਂ ਉਹੀ ਪਾਰਟੀਆਂ ਯਾਰਾਂ ਦੋਸਤਾਂ ਦਾ ਕਲੱਬਾਂ ਵਿੱਚ ਘੁੰਮਣਾ ਜਾਂ ਕੁਛ ਵੀ ਉਹ ਚੀਜ਼ਾਂ ਨਹੀਂ ਛੱਡਦੇ ਥੋੜ੍ਹੀ ਉਹ ਫਿਰ ਰੀਅਲਾਈਜ਼ ਕਰਦਾ ਕਹਿੰਦਾ ਨਹੀਂ ਯਾਰ ਵੀ ਇਹ ਮੇਰੀ ਗਲਤੀ ਆ ਨਾ ਵੀ ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ ਫਿਰ ਆਪਣੀ ਵਾਈਫ ਨੂੰ ਮਨਾਉਣ ਜਾਂਦਾ ਰਾਈਟ ਫਿਰ ਉਹ ਬੜਾ ਇਮੋਸ਼ਨਲ ਮੈਸੇਜ ਦਿੱਤੇ ਗਏ ਆ ਛੋਟੇ ਛੋਟੇ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਕਿ ਵੱਡੇ ਇਸ਼ੂ ਨੇ ਉਹਨਾਂ ਨੂੰ ਬਣਾਉਣਾ ਚਾਹੀਦਾ ਪਰ ਨਾਲ ਦੀ ਨਾਲ ਇੱਕ ਤੁਸੀਂ ਚਾਰ ਦੋਸਤ ਆ ਮਸਤੀ ਕਰ ਰਹੇ ਹੈ ਹਾਂਜੀ ਮਸਤੀ ਕਰਦੇ ਕਰਦੇ ਬੜੇ ਜਾਣੀ ਸਾਡੇ ਜਾਣੀ ਇੱਕਦਮ ਜ਼ਿੰਦਗੀ ਦਾ ਮਕਸਦ ਹੀ ਚੇਂਜ ਹੋ ਜਾਂਦਾ ਸਾਡਾ ਹਨਾ ਵੀ ਨਹੀਂ ਯਾਰ ਅਸੀਂ ਕਿਹੜੀ ਦੁਨੀਆ ਵਿੱਚ ਘੁੰਮਦੇ ਆ ਹਨਾ ਔਰ ਤੁਸੀਂ ਰਾਜ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬੰਬੇ ਵਰਗੇ ਸ਼ਹਿਰ ਵਿੱਚ ਰਹਿ ਕੇ ਉੱਥੋਂ ਤਾਲੀਮ ਹਾਸਲ ਕਰਕੇ ਫਿਰ ਆਉਣਾ ਇਹ ਤੁਹਾਡਾ ਪਹਿਲਾ ਹੈਗਾ ਪ੍ਰੋਜੈਕਟ ਰਾਈਟ ਹਾਂਜੀ ਪਹਿਲਾ ਪ੍ਰੋਜੈਕਟ ਔਰ ਇਹਦੇ ਵਿੱਚ ਤੁਸੀਂ ਜਿਹੜੇ ਆਰਟਿਸਟ ਲਏ ਆ ਤੁਹਾਡੇ ਨਾਲ ਬੰਬੇ ਤੋਂ ਲਏ ਹੈਗੇ ਕੋਈ ਆਰਟਿਸਟ ਨਵੇਂ ਜਿੱਦਾਂ ਵੱਡੇ ਬਿਗ ਸਟਾਰ ਜਾਂ ਕਿ ਨਹੀਂ ਸਾਡੇ ਨਾਲ ਇੱਕ ਮੁੰਡਾ ਜਿਹਦੇ ਪਹਿਲਾਂ 5-6 ਪਿਕਚਰ ਆ ਚੁੱਕੀਆਂ ਅਮਨ ਧਾਲੀਵਾਲ ਉਹਨਾਂ ਦੀ ਪੁੱਤ ਜੱਟਾਂ ਦੀ ਆਈ ਸੀ ਜਾਣੀ ਉਹਨਾਂ ਦਾ ਕਾਫੀ ਨਾਮ ਆ ਤੇ ਬਾਕੀ ਮੇਰੇ ਮੈਂ ਚਲੋ 12 ਸਾਲ ਜੋ ਵੀ ਚਲੋ ਆਪਣਾ ਐਕਸਪੀਰੀਅੰਸ ਸੀਗਾ ਉਹ ਸੀ ਤੇ ਜਿਹੜੇ ਦੂਸਰੇ ਦੋ ਮੁੰਡੇ ਸਾਡੇ ਨਾਲ ਹੋਰ ਨੇ ਬਾਜ਼ ਲਾਲੀਆ ਤੇ ਸਨੀ ਬੋਪਰ ਹੈ ਇਹ ਜਿੱਦਾਂ ਪੇਜਰ ਸਕ੍ਰਿਪਟ ਆ ਗਈ ਤਾਂ ਇਹਨਾਂ ਨੂੰ ਉਹਦੇ ਉੱਤੇ ਤਕਰੀਬਨ 6-7 ਮਹੀਨੇ ਕੰਮ ਕੀਤਾ ਕਵੀਰਾਜ ਜੀ ਨਾਲ ਬੈਠ ਕੇ ਵੀ ਹਾਂਜੀ ਇਹਨੂੰ ਹੋਰ ਜਿੱਦਾਂ ਬਈ ਪੂਰਾ ਜਾਣੀ ਕਰੈਕਟਰ ਦੇ ਵਿੱਚ ਕਿੱਦਾਂ ਆ ਅਤੇ ਬੜੀ ਵੈਲ ਟ੍ਰੇਨਡ ਐਕਟਰ ਨੇ ਵੀ ਜਿਹੜੀ ਸਾਡੇ ਨਾਲ ਚਾਰ ਕੁੜੀਆਂ ਨੇ ਅਤੇ ਉਹਨਾਂ ਦੇ ਬਹੁਤ ਬਿਊਟੀਫੁਲ ਸੀਨ ਨੇ ਅਤੇ ਉਹ ਵੀ ਸਾਰੀਆਂ ਵੈਲ ਟ੍ਰੇਨਡ ਐਕਟਰ ਨੇ ਸਾਡੇ ਨਾਲ ਮਨੂ ਸੰਧੂ ਉਹ ਸਰੀ ਤੋਂ ਨੇ ਅਤੇ ਉਹਨਾਂ ਦੀ ਪਹਿਲਾਂ ਫਿਲਮ ਆ ਚੁੱਕੀ ਆ ਸਾਡੀ ਵੱਖਰੀ ਹੈ ਸ਼ਾਨ ਜੀ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਰਾਜ ਸੰਧੂ ਹੋਣਾਂ ਨਾਲ ਜਿਨ੍ਹਾਂ ਦੀ ਹਾਈਵੇ 5 ਮੂਵੀ ਆ ਰਹੀ ਹੈ ਸੋ ਇਹਦੇ ਬਾਰੇ ਹੋਰ ਗੱਲਬਾਤ ਕਰਦੇ ਹਾਂ ਪਰ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਬ੍ਰੇਕ ਤੋਂ ਬਾਅਦ ਵਾਪਸ ਫੇ ਆਉਂਦੇ ਤੁਸੀਂ ਦੇਖਦੇ ਰਹੋ ਜੀ ਆਪਣਾ ਟੀਵੀ ਕੈਨੇਡੀਅਨ ਅਮਰੀਕਾ ਨੂੰ ਸਸਤੀ ਗਰੋਸਰੀ ਤਾਂ ਗੈਸ ਲੈਣ ਆਉਂਦੇ ਆ ਤਾਂ ਹਾਂ ਸ਼ਰਾਬ ਵੀ ਪੰਜਾਬੀ ਦੁੱਧ ਬੜਾ ਚੱਕਦੇ ਆ ਪਤਾ ਨਹੀਂ ਕਿਉਂ ਆਉਂਦੇ ਆ ਬਾਬਾ ਜੀ ਸਭ ਜਾਣੀ ਜਾਣੇ ਕਿ ਦੁੱਧ ਬਹੁਤ ਸਸਤਾ ਆ ਅਮਰੀਕਾ ਤੋਂ ਸੇਲ ਤੋਂ ਲੈ ਕੇ ਆਏ ਉਹ ਦੁੱਧ ਦੁੱਧ ਹਾਂ ਦੁੱਧ ਬਰਫ਼ ਚ ਲਾ ਸੁਣੋ ਮੇਰੀ ਬਾਤ ਨੂੰ ਆ ਜਾਇਓ ਰਾਤ ਨੂੰ ਆਲਾ ਸ਼ਾਲਾ ਲਾਵਾਂਗੇ ਖੋਰੂ ਪੂਰਾ ਪਾਵਾਂਗੇ ਓ ਸੁਣੋ ਮੇਰੀ ਬਾਤ ਨੂੰ ਆ ਜਾਇਓ ਰਾਤ ਨੂੰ ਆਲਾ ਸ਼ਾਲਾ ਲਾਵਾਂਗੇ ਖੋਰੂ ਪੂਰਾ ਪਾਵਾਂਗੇ ਕਾਲਾ ਕਿੱਧਰ ਆ ਕਾਲਾ ਸੀ ਨਾਲ ਮਤਲਬ ਕਾਲੇ ਨਾਲ ਇੱਕ ਹੋਰ ਕਾਲਾ ਜਾਣਾ ਪੈਣਾ ਕਿੱਥੇ ਸਿਆਟਲ 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 Truck drivers, bahut ande to the club. Mere clients are good boys who they are bahut strong. I remember you. Yes, you do. Yeah, to say hotel the opening party which I see. Oh, haji, 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 haji. 30 piti se hi, to say pool which tickles. Bata gai haan dobara yaad, unniya ka ਕਾਲਾ ਵੈਸੇ ਸਟਾਕਟਨ ਤੋਂ ਸਟਾਕਟਨ 5 ਘੰਟੇ ਅੱਗੇ ਤੇ 5 ਘੰਟੇ ਪਿੱਛੇ ਪੈ ਗਿਆ ਨਾ ਭੰਬਲ ਭੂਸੇ ਚ ਅਸੀਂ ਆ ਗਏ ਮੁਲਕ ਬੇਗਾਨੇ ਗੋਰੀ ਨਾਲ ਲਾਏ ਯਾਰਾਨੇ ਇਹ ਮੇਮ ਹਮਤਰਾ ਦੀ ਇਹ ਮੇਮ ਹਮਤਰਾ ਦੀ
ਸਾਡੇ ਦਿਲ ਨੂੰ ਬੜਾ ਹੀ ਪਾਵੇ ਪਹਿਲਾਂ ਲੁੱਟਿਆ ਪਹਿਲਾਂ ਲੁੱਟਿਆ ਪਹਿਲਾਂ ਲੁੱਟਿਆ ਗੋਰਿਆਂ ਨੇ ਅੱਜ ਗੋਰੀ ਲੁੱਟੀ ਜਾਵੇ ਪਹਿਲਾਂ ਲੁੱਟਿਆ ਗੋਰਿਆਂ ਨੇ ਅੱਜ ਗੋਰੀ ਲੁੱਟੀ ਜਾਵੇ ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਆਪਣਾ ਟੀਵੀ ਤੇ ਤੁਹਾਡੀ ਆਪਣੀ ਹੋਸਟ ਬਲਜਿੰਦਰ ਕੌਰ ਦੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਰਾਜ ਸੰਧੂ ਜੀ ਨੇ ਸਾਡੇ ਨਾਲ ਹਾਈਵੇ 5 ਮੂਵੀ ਜਿਹੜੀ ਇਹਨਾਂ ਦੀ ਆ ਰਹੀ ਹੈ ਜੀ ਜੁਲਾਈ 22 ਨੂੰ ਔਰ ਇਸ ਮੂਵੀ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਰਾਜ ਜੀ ਅਸੀਂ ਗੱਲ ਕਰਦੇ ਸੀ ਕਿ ਜਿਹੜੇ ਆਰਟਿਸਟ ਆ ਤੁਸੀਂ ਉਹ ਨਵੇਂ ਸਾਰੇ ਚਿਹਰੇ ਹੈਗੇ ਆ ਔਰ ਕੁਛ ਇੱਕ ਤੁਸੀਂ ਦੱਸਿਆ ਜਿਹੜੇ ਆਲਰੇਡੀ ਮੂਵੀਆਂ 'ਚ ਕੰਮ ਕਰ ਚੁੱਕੇ ਆ ਔਰ ਨਾਲ ਦੀ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਬੋਂਬੇ ਵਰਗੇ ਸ਼ਹਿਰ ਦੇ ਵਿੱਚ ਰਹਿ ਕੇ ਸਿੱਖ ਕੇ ਅਤੇ ਮੁੜ ਕੇ ਕੋਈ ਆਪਣਾ ਪ੍ਰੋਜੈਕਟ ਲੈ ਕੇ ਆਉਣਾ ਕਿੰਨਾ ਕੁ ਤੁਹਾਨੂੰ ਲੱਗਦਾ ਐਕਸਾਈਟਮੈਂਟ ਵੀ ਹੈ ਅਤੇ ਕਿੰਨਾ ਕੁ ਦਿਲ ਦੇ ਵਿੱਚ ਡਰ ਵੀ ਹੈ ਐਕਸਾਈਟਮੈਂਟ ਵੀ ਬਹੁਤ ਡਰ ਵੀ ਹੈ ਕਿਉਂ ਪਹਿਲਾ ਪ੍ਰੋਜੈਕਟ ਵਾ ਜੀ ਅਤੇ ਮੈਂ ਕਈ ਵਾਰੀ ਗੱਲ ਕਰ ਦਿੰਦਾ ਮੈਂ ਕਿ ਜਦੋਂ ਮੈਂ ਨਵਾਂ ਨਵਾਂ 12 ਸਾਲ ਪਹਿਲਾਂ ਗਿਆ ਸੀ ਹੈ ਨਾ ਵੀ ਮੈਨੂੰ ਸੀਗਾ ਮੈਂ ਤਾਂ ਸਟਾਰ ਬਣਿਆ ਲਿਆ ਹੈ ਨਾ ਸਾਲ 2 ਸਾਲ ਦੇ ਵਿੱਚ ਕੁਛ ਵੀ ਹੈ ਨਾ ਉਹ 12 ਸਾਲ ਦੇ ਵਿੱਚ ਇੱਦਾਂ ਹੋ ਗਿਆ ਵੀ ਜਿਹੜੀ ਹੁਣ ਮੇਰੀ ਐਕਸਾਈਟਮੈਂਟਸ ਆ ਨਾ ਉਹ ਵੀ ਥੋੜ੍ਹੀ ਮਚੋਰ ਹੋ ਗਈਆਂ ਹੈ ਨਾ ਸ਼ਾਇਦ ਜਿੱਦਾਂ ਵੀ ਪਰਮਾਤਮਾ ਨੇ ਉਹ ਤੁਹਾਨੂੰ ਦੇਖ ਕੇ ਦੇਣਾ ਹੁੰਦਾ ਆਪਣੇ ਟਾਈਮ ਨਾਲ ਦੇਣਾ ਹੁੰਦਾ ਐਕਸਾਈਟਮੈਂਟ ਹੈਗੀ ਪਰ ਉਹ ਬਚਪਨ ਵਾਲੀ ਐਕਸਾਈਟਮੈਂਟ ਨਹੀਂ ਹੈਗੀ ਕਿ ਹਾਂ ਫਿਰ ਇੱਦਾਂ ਕਰਨਾ ਮੈਂ ਫਰਾਰੀ ਲੈ ਲੈਣੀ ਆ ਫਿਰ ਮੈਂ ਉਹ ਕਰ ਲੈਣਾ ਹੈ ਨਾ ਜਿੱਦਾਂ ਬੱਚੇ ਨੂੰ ਛੋਟੇ ਏਜ ਵਿੱਚ ਹੁੰਦਾ ਐਕਸਾਈਟਡ ਬਹੁਤ ਵਾ ਅਤੇ ਨਾਲ ਹੀ ਹੁਣ ਡਰਿਆ ਹੋਇਆ ਵੀ ਹਾਂ ਕਿ ਡਰ ਇਸ ਚੀਜ਼ ਪਰ ਡਰ ਮੈਨੂੰ ਉੱਦਾਂ ਕੁਛ ਨਹੀਂ ਹੈਗਾ ਪਰ ਮੈਨੇ ਇਹ ਕਹੂੰਗਾ ਵੀ ਤੁਸੀਂ ਜ਼ਰੂਰ ਇਹ ਫਿਲਮ ਦੇਖੋ ਅਤੇ ਜੋ ਮੈਂ ਤੁਹਾਡੇ ਗੱਲਾਂ ਕਰਕੇ ਗਿਆ ਮੈਂ 12 ਸਾਲ ਐਕਸਪੀਰੀਅੰਸ ਦੀ ਗੱਲਾਂ ਕਰਦਾ ਜੋ ਮੈਂ ਸਿੱਖਿਆ ਜਾਣੀ ਇੰਨੇ ਸਾਲ ਤੁਹਾਨੂੰ ਜਿਹੜੀ ਲੱਗੂਗਾ ਵਾਕਈ ਜਿਹੜੀ ਇਹ ਐਕਟਿੰਗ ਵਾ ਨਾ ਵੀ ਇਹ ਬਹੁਤ ਡਿਫਰੈਂਟ ਵਾ ਬਹੁਤ ਅਲੱਗ ਵਾ ਬਿਲਕੁਲ ਲਾਈਕ ਕਹਿਣਾ ਨਹੀਂ ਚਾਹੀਦਾ ਬਿਲਕੁਲ ਹਾਲੀਵੁੱਡ ਸਟਾਈਲ ਹੋ ਗਿਆ ਬੜੀ ਅੰਡਰ ਜਿਹੜੀ ਪਲੇ ਕੀਤਾ ਇਹਨੂੰ ਨਾ ਕਿ ਓਵਰ ਪਲੇ ਕੀਤਾ ਜੀ ਪਰ ਸਾਡੇ ਜਦੋਂ ਅਸੀਂ ਦੇਖੀਏ ਬਾਲੀਵੁੱਡ ਦੇ ਵਿੱਚ ਧਰਮਿੰਦਰ ਜੀ ਹੋਣਾ ਨੇ ਆਪਣੀ ਇੱਕ ਵੱਖ ਹੀ ਪਹਿਚਾਣ ਬਣਾਈ ਹੈ ਔਰ ਉਹ ਵੀ ਜਦੋਂ ਗਏ ਸੀ ਤੇ ਪੰਜਾਬ ਦਾ ਕਹਿ ਲਓ ਕਿ ਸਾਰਾ ਬੱਚਾ ਬੱਚਾ ਕਹਿੰਦਾ ਹੁੰਦਾ ਸੀ ਪੰਜਾਬ ਦਾ ਗੱਭਰੂ ਆ ਪੰਜਾਬ ਦਾ ਨੌਜਵਾਨ ਆ ਤੁਸੀਂ ਹੁਸ਼ਿਆਰਪੁਰ ਦੇ ਹੋ ਤਾਂ ਤੁਸੀਂ ਕੈਨੇਡਾ ਦੀ ਧਰਤੀ ਤੇ ਰਹਿੰਦੇ ਹੋ ਔਰ ਇੱਥੋਂ ਵਾਪਸ ਤੁਸੀਂ ਜਾ ਕੇ ਜਿਹੜੀ ਤਾਲੀਮ ਹਾਸਲ ਕੀਤੀ ਫਿਰ ਪ੍ਰੋਜੈਕਟ ਕੀਤਾ ਤੁਸੀਂ ਬਚਪਨ ਤੋਂ ਇਸ ਲਾਈਨ 'ਚ ਆਉਣਾ ਚਾਹੁੰਦੇ ਸੀ ਕਿ ਜਾਂ ਤੁਸੀਂ ਕਿਸੇ ਗੱਲ ਤੋਂ ਦੇਖ ਕੇ ਕਿਸੇ ਵੱਲ ਜਿੱਦਾਂ ਕਹਿ ਲਓ ਕਿ ਫੋਲੋ ਕਰਨਾ ਜਾਂ ਕਿਸੇ ਵੱਲ ਦੇਖ ਕੇ ਲੱਗਾ ਕਿ ਹਾਂ ਮੈਨੂੰ ਵੀ ਇਹਦੇ ਵਿੱਚ ਜਾਣਾ ਚਾਹੀਦਾ ਐਕਟਿੰਗ ਵਿੱਚ ਵੀ ਸ਼ੌਂਕ ਹੀ ਹੁੰਦਾ ਜਿੱਦਾਂ ਤਕਰੀਬਨ ਸ਼ੌਂਕ ਹਾਂਜੀ ਸ਼ੌਂਕ ਸੀ ਸ਼ੌਂਕ ਕਦੋਂ ਪੈਸ਼ਨ ਵਿੱਚ ਬਦਲ ਗਿਆ ਇਹ ਨਹੀਂ ਪਤਾ ਲੱਗਾ ਅਤੇ ਪਰ ਮੈਂ ਸੀਗਾ ਬਚਪਨ ਤੋਂ ਛੋਟੇ ਹੁੰਦੇ ਤੋਂ ਫਿਲਮ ਬਹੁਤ ਦੇਖਦਾ ਹੁੰਦਾ ਸੀਗਾ ਅਤੇ ਧਰਮਿੰਦਰ ਸਾਹਿਬ ਬਹੁਤ ਫੈਨ ਹੁੰਦਾ ਸੀ ਜਾਣੀ ਧਰਮਿੰਦਰ ਸਾਹਿਬ ਇੱਦਾਂ ਹੁੰਦਾ ਸੀ ਵੀ ਉਹਨਾਂ ਦੇ ਤਾਂ ਜਾਣੀ ਜਦੋਂ ਸਟਾਰ ਸੀਗੇ ਬਣੇ ਸੀਗੇ ਉਸ ਵੇਲੇ ਤਾਂ ਤਕਰੀਬਨ ਬਹੁਤੇ ਪੇਰੈਂਟਸ ਨੇ ਆਪਣੇ ਮੁੰਡੇ ਦਾ ਧਰਮਿੰਦਰ ਰੱਖ ਲਿਆ ਸੀ ਤੁਹਾਨੂੰ ਪਤਾ ਧਰਮਿੰਦਰ ਪੰਜਾਬ ਵਿੱਚ ਬਹੁਤ ਜ਼ਿਆਦਾ ਹੋਣੇ ਬਹੁਤ ਜ਼ਿਆਦਾ ਨਾਂ ਰੱਖੇ ਹਾਂਜੀ ਵੀ ਜਾਣੀ ਇੰਨਾ ਕਰੇਜ਼ ਸੀਗਾ ਉਹਨਾਂ ਦਾ ਪਰ ਮੇਰਾ ਨਾਂ ਤਾਂ ਜੋ ਰਜਿੰਦਰ ਸਿੰਘ ਹੋ ਹਨਾ ਪਰ ਬਿਲਕੁਲ ਜੀ ਅਸੀਂ ਮੂਵੀਆਂ ਦੇ ਵਿੱਚ ਤੁਹਾਡਾ ਨਾਂ ਰਾਜ ਸੰਧੂ ਦੇ ਨਾਲ ਜਾਣਦੇ ਆ ਜੀ ਔਰ ਜਿਹੜੀ ਹਾਈਵੇ 5 ਮੂਵੀ ਆ 22 ਜੁਲਾਈ ਨੂੰ ਇਹ ਹੋਣ ਜਾ ਰਹੀ ਹੈ ਹਾਂਜੀ ਔਰ 22 ਜੁਲਾਈ ਨੂੰ ਰੱਖਣ ਦਾ ਇੱਕ ਤਾਂ ਫਰਾਈਡੇ ਆ ਉਹ ਤਾਂ ਗੱਲ ਠੀਕ ਆ ਤੇ ਦੂਜਾ ਗੱਲ ਇਹ ਕਿ 23 ਜੁਲਾਈ ਨੂੰ ਵੀ ਕੋਈ ਸਪੈਸ਼ਲ ਦੇਣਾ ਮੈਂ ਪਹਿਲਾਂ ਐਕਚੁਅਲੀ ਜ਼ਿਕਰ ਕਰ ਚੁੱਕਾ 23 ਤਰੀਕ ਮੇਰਾ ਜਨਮ ਦਿਨ ਹੈ ਬਰਥਡੇ ਆ ਨਾ ਤੇ ਮੈਂ ਤਾਂ ਵਾਹਿਗੁਰੂ ਨੂੰ ਵੀ ਇਹ ਕਿਹਾ ਸੀ ਮੈਂ ਕਿਹਾ ਬਾਬਾ ਜੀ ਪਲੀਜ਼ ਮੈਂ ਕਿਹਾ 12 ਸਾਲ ਲੱਗੇ ਹੋ ਗਏ 22 ਸਾਲੀ ਸਭ ਦੀ ਸੁਣੀ ਜਾਂਦੀ ਆ ਮੇਰੀ ਵੀ ਸੁਣ ਲਓ ਤੇ ਮੈਂ ਕਿਹਾ 22 ਨੂੰ ਮੇਰੀ ਫਿਲਮ ਰਿਲੀਜ਼ ਹੈ 23 ਨੂੰ ਮੇਰਾ ਜਨਮਦਿਨ ਤੇ ਮੈਨੂੰ ਗਿਫਟ ਕਰ ਦਿਓ ਹਨਾ ਮੇਰੀ ਸਕਸੈਸ ਵਾਸਤੇ ਤੁਸੀਂ ਚਾਹੁੰਦੇ ਹੈਗੇ ਕਿ ਜਿਹੜੇ ਸਾਡੇ ਪਰਿਵਾਰ ਦੇਖਦੇ ਆ ਸਾਡੇ ਇਸ ਵਕਤ ਦਰਸ਼ਕ ਦੇਖ ਰਹੇ ਹੈਗੇ ਆ ਸੋ ਬਰਥਡੇ ਦਾ ਗਿਫਟ ਤੁਹਾਨੂੰ ਇਹ ਹੋਊਗਾ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਜਿਹਨੇ ਸੁਣ ਰਹੇ ਮੈਂ ਸਾਰਿਆਂ ਅੱਗੇ ਰਿਕੁਐਸਟ ਕਰਦਾ ਕਿ ਮੈਨੂੰ ਪਲੀਜ਼ ਮੇਰੇ ਜਨਮਦਿਨ ਉੱਤੇ ਮੈਨੂੰ ਗਿਫਟ ਦਿਓ ਇਸ ਚੀਜ਼ ਦਾ ਕਿ ਮੇਰੀ ਫਿਲਮ ਦੇਖ ਕੇ ਆਇਓ ਔਰ ਮੈਂ ਲੈਟ ਡਾਊਨ ਨਹੀਂ ਕਰੂੰਗਾ ਹਨਾ ਐਕਟਿੰਗ ਤੋਂ ਜਾਣੀ ਤੁਸੀਂ ਕਹੋਗੇ ਵੀ ਹਾਂ ਭਾਈ ਜੋ ਮੁੰਡਾ ਗੱਲਾਂ ਕਰਕੇ ਗਿਆ ਉਹਦੀ ਐਕਟਿੰਗ ਉਸ ਤੋਂ ਵੱਖ ਹੋਈ ਆ ਜੀ ਔਰ ਕਵੀ ਰਾਜ ਜੀ ਹੋਣਾ ਨੇ ਬਹੁਤ ਵੱਡੀਆਂ ਕਹਿ ਲਓ ਕਿ ਬਹੁਤ ਮੂਵੀਆਂ ਉਹਨਾਂ ਨੇ ਬਣਾਈਆਂ ਵਧੀਆ ਤੋਂ ਵਧੀਆ ਮੂਵੀਆਂ ਉਹਨਾਂ ਨੇ ਦਿੱਤੀਆਂ ਔਰ ਇਸ ਮੂਵੀ ਦੀ ਕਹਾਣੀ ਉਹਨਾਂ ਨੇ ਲਿਖੀ ਔਰ ਕ੍ਰੋਸ ਕਰਕੇ ਬਾਰਡਰ ਕੈਨੇਡਾ ਤੋਂ ਲੈ ਕੇ ਤੇ ਮੈਕਸੀਕੋ ਤੱਕ ਪਹੁੰਚ ਗਏ ਇਸ ਕਹਾਣੀ ਨੂੰ ਲੈ ਕੇ ਉਹਨਾਂ ਦਾ ਇਸ ਕਹਾਣੀ ਨੂੰ ਮੂਵੀ ਨੂੰ ਬਣਾ ਕੇ ਉਹਨਾਂ ਨੂੰ ਕਿਹੋ ਜਿਹੀ ਇਸ ਟਾਈਮ ਉਹ ਕੀ ਫੀਲ ਕਰ ਰਹੇ ਨੇ ਇਸ ਮੂਵੀ ਤੋਂ ਕੀ ਉਮੀਦਾਂ ਨੇ ਉਹਨਾਂ ਨੂੰ ਬਹੁਤ ਜਦੋਂ ਫਿਲਮ ਸ਼ੁਰੂ ਹੋਈ ਸੀਗੀ ਆਪਣੇ ਕੀਤਾ ਸੀ ਉਹਨੂੰ ਪਹਿਲਾਂ ਸੀ ਕਹਿੰਦੇ ਵੀ ਯਾਰ ਸਕ੍ਰਿਪਟ ਲਿਖੀ ਆ ਕਹਿੰਦੇ ਲਿਖੋ ਕਹਿੰਦੇ ਪੜ੍ਹ ਕੇ ਦੇਖ ਹੈ ਨਾ ਤੇ ਮੈਂ ਹੁਣ ਜਿੱਦਾਂ ਸਿੱਖਿਆ ਸੀ ਮੈਨੂੰ ਚੀਜ਼ ਬਾਰੇ ਨੌਲੇਜ ਸੀਗੀ ਤਾਂ ਪੜ੍ਹਿਆ ਤਾਂ ਮੈਂ ਪੜ੍ਹ ਪੜ੍ਹ ਕੇ ਹੱਸ ਰਿਹਾ ਸੀ ਜੋ ਵਿੱਚ ਜਿਹੜੀ ਇਹੋ ਜਿਹੇ ਮੂਵਮੈਂਟਸ ਵਿੱਚ ਆਉਂਦੀਆਂ ਜੋ ਡਾਇਲੋਗ ਆਉਂਦੇ ਹੈ ਨਾ ਕਈ ਵਾਰ ਦੇਖਦੇ ਹਾਂ ਜਿੱਦਾਂ ਵੀ ਜਿਹਨੂੰ ਨਹੀਂ ਇੰਨੀ ਨੌਲੇਜ ਹੋਗੀ ਡਾਇਲੋਗ ਆਹ ਹੀ ਡਾਇਲੋਗ ਲਿਖਿਆ ਨਾ ਪਰ ਉਹਦੇ ਵਿੱਚ ਹਿਊਮਰ ਕੀ ਆ ਉਹ ਤੁਹਾਨੂੰ ਆਪ ਕੱਢਣਾ ਪੈਣਾ ਕਈ ਵਾਰੀ ਜੋ ਕਿ ਬਹੁਤ ਅੱਛਾ ਜੋਕ ਹੋਏ ਬਈ ਹੈ ਕੋਈ ਜਿਹਨੂੰ ਨਹੀਂ ਸੁਣਾਉਣਾ ਆਉਂਦਾ ਉਹਨੇ ਜੋ ਦਾ ਸੱਤਿਆਨਾਸ਼ ਕਰ ਦੇਣਾ ਕਿਉਂਕਿ ਜੋਕ ਸੁਣਾਉਣਾ ਨਹੀਂ ਆਉਂਦਾ ਹੈ
ਤੇ ਕਈ ਮਾੜੇ ਜੋਕਸ ਹੋਊਗੇ ਪਰ ਜਿਹੜਾ ਸੁਣਨ ਵਾਲਾ ਜਿਹੜਾ ਹਨਾ ਉਹਦੀ ਐਨਰਜੀ ਜਾਂ ਉਹਦਾ ਸਟਾਈਲ ਜਿਹੜਾ ਆ ਉੱਤੇ ਜ਼ਿਆਦਾ ਲੋਕ ਹੱਸਦੇ ਨੇ ਜੀ। ਜੇ ਡਾਇਲੋਗ ਲਿਖੇ ਆ ਉਹ ਮੈਂ ਜਦੋਂ ਦੇਖਦਾ ਸੀ ਮੈਂ ਕਿਹਾ ਭਾਜੀ ਜਿਹੜੇ ਚਾਰ ਮੁੰਡੇ ਡਾਇਲੋਗ ਸਾਰੇ ਮੈਂ ਹੀ ਬੋਲ ਦਿੰਦਾ ਇੰਨੇ ਵਧੀਆ ਲੱਗਦੇ ਇਕੱਲੇ ਇਕੱਲੇ ਹਨਾ ਅਤੇ ਜਦੋਂ ਫਿਲਮ ਸਾਰੀ ਐਡਿਟ ਹੋਈ ਸਾਰਾ ਵਧੀਆ ਚਲੋ ਉਸ ਤੋਂ ਬਾਅਦ ਅਸੀਂ ਇੱਥੇ ਬੇ ਏਰੀਏ ਵਿੱਚ ਕੈਲੀਫੋਰਨੀਆ ਉਹਦੀ ਸਕਰੀਨ ਰੱਖੀ ਸੀਗੀ ਅਸੀਂ ਆਪਣੇ ਖਾਸ ਖਾਸ ਬੰਦਿਆਂ ਵਾਸਤੇ ਪ੍ਰੈਸ ਵਾਸਤੇ ਤਾਂ ਬਹੁਤ ਲੋਕਾਂ ਨੇ ਇੰਜੋਏ ਕੀਤੀ ਫਿਲਮ ਹਨਾ ਅਤੇ ਫਿਰ ਕਵੀ ਜੀ ਨੇ ਮੈਨੂੰ ਆ ਕੇ ਹੱਥ ਮਿਲਾਇਆ ਜੱਫੀ ਪਾਈ ਹਨਾ ਕਹਿੰਦੇ ਯਾਰ ਮੈਨੂੰ ਕਹਿੰਦੇ ਜਾਣੀ ਕਹਿੰਦੇ ਫਿਲਮ ਬਹੁਤ ਵਧੀਆ ਮੈਨੂੰ ਜਾਣੀ ਜੋ ਮੈਂ ਸੋਚੀ ਸੀ ਉਹ ਤੋਂ ਜ਼ਿਆਦਾ ਵਧੀਆ ਬਣ ਗਈ ਆ ਅਤੇ ਬਹੁਤ ਉਹ ਵੀ ਐਕਸਾਈਟਡ ਨੇ ਇਸ ਚੀਜ਼ ਨੂੰ ਲੈ ਕੇ। ਇੱਕ ਹੋਰ ਗੱਲ ਆ ਰਾਜ ਜੀ ਕਿ ਜਿਹੜੇ ਇਸ ਮੂਵੀ ਦੇ ਸਾਰੇ ਗੀਤ ਹੈਗੇ ਆ ਉਹ ਤੁਹਾਡੇ ਖੁਦ ਦੇ ਲਿਖੇ ਹੋਏ ਤੁਹਾਡੀ ਕਲਮ ਚੋਂ ਨਿਕਲੇ? ਹਾਂਜੀ ਸੱਤ ਗਾਣੇ ਫਿਲਮ ਦੇ ਵਿੱਚ ਹਾਂਜੀ ਸੱਤੇ ਮੈਂ ਲਿਖੇ ਆ ਅਤੇ ਆਪਣੇ ਜਿਹੜੇ ਫਿਲਮ ਆਏ ਆ ਉਹ ਪੰਜ ਗਾਣੇ ਆ ਪਰ ਬਹੁਤ ਤਿੰਨ ਤਿੰਨ ਮਿੰਟ ਦੇ ਆ ਜਾਣੀ ਤਿੰਨ ਸਾਢੇ ਤਿੰਨ ਮਿੰਟ ਦੇ ਲੰਬੇ ਨਹੀਂ ਹੈਗੇ ਅਤੇ ਦੋ ਬੈਕਗਰਾਊਂਡ ਦੇ ਉੱਤੇ ਆ ਜੀ ਅਤੇ ਗਾਣੇ ਸਾਡੇ ਦਲੇਰ ਮਹਿੰਦੀ ਸਾਹਿਬ ਨੇ ਇੱਕ ਗਾਇਆ ਅਤੇ ਲਾਭ ਜੰਜੂਆ ਜੀ ਸਾਡੇ ਵਿੱਚ ਨਹੀਂ ਹੈਗੇ ਅੱਜ ਅਤੇ ਦੋ ਗਾਣੇ ਉਹਨਾਂ ਨੇ ਗਾਏ ਨੇ ਅਤੇ ਪਲਕ ਮੁਛਲ ਜਿਹੜੀ ਪ੍ਰੇਮ ਰਤਨ ਧੰਨ ਪਾਇਓ ਕੁੜੀ ਬਹੁਤ ਆਸ਼ੀ ਟੂ ਦੇ ਗਾਣੇ ਗਾਏ ਇੱਕ ਗਾਣਾ ਉਹਨੇ ਗਾਇਆ ਅਤੇ ਇੱਕ ਰਾਜਾ ਹਸਨ ਨੇ ਹਾਂਜੀ ਅਤੇ ਉਹਨਾਂ ਦੇ ਬਹੁਤ ਅੱਛਾ ਨਾਮ ਹੈ ਬਾਲੀਵੁੱਡ 'ਚ ਉਹਨਾਂ ਦਾ। ਇਸ ਮੂਵੀ ਦੇ ਵਿੱਚ ਫਰੈਜ਼ਨੋ ਸਿਟੀ ਤੋਂ USA ਤੋਂ ਫਰੈਜ਼ਨੋ ਤੋਂ ਅਤੇ ਹੋਰ ਵੀ ਸੈਕਰਾਮੈਂਟੋ ਤੋਂ ਵੀ ਤੁਹਾਡੇ ਨਾਲ ਟੀਮ ਦੇ ਵਿੱਚ ਕੰਮ ਕੀਤਾ ਹੈਗਾ ਹਾਂਜੀ ਔਰ ਇਹਦਾ ਮਤਲਬ ਕਿ ਤੁਸੀਂ ਕੈਨੇਡਾ ਤੋਂ ਤਿੰਨ ਦੋਸਤ ਗਏ ਸੀ ਤੇ ਨਾਲ ਅਮਰੀਕਾ ਤੋਂ ਵੀ ਮੂਵੀ ਦੇ ਵਿੱਚ ਬਹੁਤ ਜਾਣਿਆਂ ਨੇ ਤੁਹਾਡੇ ਨਾਲ ਕੰਮ ਕੀਤਾ। ਹਾਂਜੀ ਹਾਂਜੀ ਜਿਹੜੇ ਆਪਣੇ ਤਿੰਨ ਕੁੜੀਆਂ ਉੱਥੋਂ ਨੇ ਆਪਣੇ ਲੋਸ ਏਂਜਲਸ ਤੋਂ ਨੇ ਇੱਕ ਗੋਰੀ ਆ ਉਹ ਹਾਲੀਵੁੱਡ 'ਚ ਕੰਮ ਕਰ ਰਹੀ ਹੈ ਠੀਕ ਠਾਕ ਬਿਗ ਸਟਾਰ ਨਹੀਂ ਪਰ ਸਟਿਲ ਆ ਨਾ ਡੂਇੰਗ ਗੁੱਡ ਹੈਦਰ ਹਾਂਜੀ ਬਹੁਤ ਅੱਛਾ ਉਸਨੇ ਕੰਮ ਕੀਤਾ ਅਤੇ ਥੋੜ੍ਹੀ ਪੰਜਾਬੀ ਬੋਲੀ ਹੈ ਨਾ ਜਾਣਦੇ ਮੇਰੇ ਕਲਾਇੰਟ ਹੈ ਨਾ ਪੰਜਾਬ ਇੰਗਲਿਸ਼ ਐਕਸੈਂਟ ਵਾਈ ਹਾਂਜੀ ਅਤੇ ਉਹਦਾ ਬਹੁਤ ਅੱਛਾ ਰੋਲ ਹੈ ਅਤੇ ਬਾਕੀ ਮਨੂ ਸੰਧੂ ਦਾ ਜ਼ਿਕਰ ਕਰ ਚੁੱਕਾ ਅਤੇ ਉਸ ਤੋਂ ਬਾਅਦ ਮਾਇਆ ਅਕਬਰ ਉੱਥੇ ਐਲ ਏ ਨੇ ਇੱਕ ਬਹੁਤ ਅੱਛਾ ਰੋਲ ਕੀਤਾ ਜੈਸਮੀਨ ਕੌਰ ਨੇ ਅਤੇ ਸਿਸਟਰ ਰੋਲ ਕੀਤਾ ਭੈਣ ਦਾ ਆਪਣੇ ਇੱਕ ਕਰੈਕਟਰ ਦੀ ਤਾਂ ਉਹਨੇ ਮੈਨੂੰ ਵੀ ਰਵਾਤਾ ਜਾਣੀ ਇੰਨਾ ਅੱਛਾ ਕੀਤਾ ਔਰ ਫਰੈਜ਼ਨੋ ਸਿਟੀ ਤੋਂ ਜਿਹੜੇ ਤੁਹਾਡੇ ਨਾਲ ਹੋਰ ਟੀਮ ਦੇ ਵਿੱਚ ਕੌਣ ਨੇ ਉਸ ਤੋਂ USA ਤੋਂ ਬਾਸ ਲਾਲੀਆ ਅਤੇ ਸਨੀ ਬੋਪਰ ਹੈ ਜਾਣੀ ਹੈਗੇ ਉਹ ਐਕਟਰ ਉੱਥੋਂ ਦੇ ਆ ਅਤੇ ਪਰ ਉਹਨਾਂ ਨੇ ਸਰੀ ਮੁੰਡੇ ਦਾ ਪਲੇ ਕੀਤਾ ਵੀ ਸਰੀ ਦੇ ਮੁੰਡੇ ਆ ਜਿਹੜੇ ਦੁੱਧ ਲੈਣ ਗਏ ਮੇਰੇ ਨਾਲ ਜਿਹੜੇ ਨੇ ਤਿੰਨ ਮੁੰਡੇ ਹਾਂਜੀ ਪਰ ਹੈਗੇ ਓਰੀਜਨਲੀ ਫਰੈਜ਼ਨੋ ਤੋਂ ਅੱਛਾ ਕੰਮ ਕੀਤਾ ਅਤੇ ਬਾਜ਼ ਲਾਲੀਆ ਨੇ ਇਹ ਗਾਣਾ ਵੀ ਗਾਇਆ ਇਸ ਫਿਲਮ ਦੇ ਵਿੱਚ ਛੇਵਾਂ ਅਤੇ ਇੱਕ ਗਾਣਾ ਜਿਹਨੇ ਮਿਊਜ਼ਿਕ ਕੀਤਾ ਓਂਕਾਰ ਮਨਿਹਾਸ ਅਤੇ ਸੈਡ ਗਾਣਾ ਗਾਇਆ ਇਟਸ ਰੀਅਲੀ ਗੁੱਡ ਔਰ ਤੁਸੀਂ ਖੁਦ ਗੀਤ ਲਿਖੇ ਆ ਔਰ ਤੁਹਾਨੂੰ ਲਿਖਣ ਦਾ ਵੀ ਸ਼ੌਂਕ ਹੈਗਾ ਕਿਹੜੇ ਕਿਹੜੇ ਸ਼ੌਂਕ ਆ ਸਾਨੂੰ ਤਾਂ ਜਿੱਦਾਂ ਜਿੱਦਾਂ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਤੁਹਾਡੇ ਵਿੱਚੋਂ ਹੋਰ ਬੜੀਆਂ ਗੱਲਾਂ ਸਾਨੂੰ ਲੱਭ ਰਹੀਆਂ ਸੁਣ ਰਹੇ ਹਾਂ ਅਸੀਂ ਸਿੱਖ ਰਹੇ ਹਾਂ ਤੁਹਾਡੇ ਕੋਲੋਂ ਔਰ ਤੁਸੀਂ ਗੀਤ ਇਸ ਮੂਵੀ ਦੇ ਸਾਰੇ ਆਪ ਲਿਖੇ ਆ ਲਿਖਣ ਦਾ ਤੁਹਾਨੂੰ ਕਿਵੇਂ ਸ਼ੌਂਕ ਪੈ ਗਿਆ ਜੀ? ਐਕਚੁਅਲੀ ਮੈਂ ਛੋਟਾ ਹੁੰਦਾ ਲਿਖਦਾ ਹੁੰਦਾ ਸੀ ਅਤੇ ਪਰ ਮੈਂ ਉਹ ਗਾਣੇ ਦੀ ਕੋਈ ਮਤਲਬ ਨਾ ਸੀ ਬਣਦਾ ਹੁੰਦਾ ਅਤੇ ਉਹਦੇ ਮੈਂ ਜਾਣੀ ਕੋਈ ਜਿੱਦਾਂ ਧੁੱਕਬੰਦੀ ਹੋ ਲਓ ਕੁਛ ਵੀ ਕਹਿ ਲਓ ਅਤੇ ਜਿਹੜੇ ਸਾਡੇ ਫਿਲਮ ਦਾ ਮਿਊਜ਼ਿਕ ਕੀਤਾ ਓਂਕਾਰ ਮਨਿਹਾਸ ਅਤੇ ਉਹਨਾਂ ਨੂੰ ਮੈਂ ਇੱਕ ਵਾਰੀ ਕੋਈ ਪੁਰਾਣਾ ਗਾਣਾ ਉਹਦੇ ਸੁਣਾਉਣ ਲੱਗ ਪਿਆ ਮੈਂ ਲਿਖਦਾ ਵੀ ਹੁੰਦਾ ਸੀ ਪਰ ਮੈਂ ਗੱਲ ਜਿਹੀ ਨਹੀਂ ਬਣੀ ਅਤੇ ਉਹ ਮੈਂ ਉਹਨੂੰ ਸੁਣਾ ਮੈਂ ਹਾਲੇ ਵੀ ਚੇਤਾ ਹੋਣਾ ਮੈਂ ਕਿਹਾ ਭਈ ਕੋਈ ਗਾਣਾ ਇੱਦਾਂ ਸੀਗਾ ਆਈ ਥਿੰਕ 25 ਸਾਲ ਪਹਿਲਾਂ ਸੀਗਾ ਲਿਖਿਆ ਭਈ ਇੱਕ ਵਾਰੀ ਜੋ ਤੁਰ ਜਾਂਦੇ ਹੋ ਫੇਰ ਨਹੀਂ ਮੁੜਦੇ ਚੋਟ ਮਾਰੀ ਜਰਾ ਸੋਚ ਕੇ ਟੁੱਟੇ ਦਿਲ ਨਹੀਂ ਜੁੜਦੇ ਬੜਾ ਪੁਰਾਣਾ ਪਹਿਲਾਂ ਹਨਾ ਤਾਂ ਕਹਿੰਦਾ ਬਹੁਤ ਵਧੀਆ ਆ ਮੈਂ ਕਿਹਾ ਨਹੀਂ ਯਾਰ ਮੈਂ ਟੁੱਟੇ ਦਿਲ ਇੱਦਾਂ ਇਹ ਉਹ ਹਨਾ ਮੈਂ ਕਿਹਾ ਬਹੁਤ ਟੀਵੀ ਗੱਲ ਹਨਾ ਕਹਿੰਦਾ ਦੈਟਸ ਓਕੇ ਪਰ ਤੂੰ ਕਹਿੰਦਾ ਆਪਣਾ ਰਿਆਜ਼ ਰੱਖ ਮੈਂ ਕਿਹਾ ਮੈਂ ਤਾਂ ਡਾਇਰੈਕਟਰ ਬਣਨਾ ਚਾਹੁੰਦਾ ਵੀ ਮੇਰਾ ਮੇਨ ਇਹ ਆ ਵੀ ਮੈਂ ਕਿਹਾ ਮੈਂ ਆਪਣੇ ਦਿਮਾਗ ਨੂੰ ਭਟਕੇ ਨਾ ਕਿਸੇ ਪਾਸੇ ਹਨਾ ਅਤੇ ਵੀ ਮੈਂ ਹੁਣ ਕਨੇਡਾ ਜਾ ਕੇ ਇੱਕ ਸਾਈਡ ਬਿਜ਼ਨਸ ਕਰ ਲਵਾਂ ਮੈਂ ਉਹ ਕਰ ਮਾਹ ਕਰ ਲਵਾਂ ਮੈਂ ਕਿਹਾ ਮੇਰਾ ਫੋਕਸ ਟੋਟਲੀ ਮੈਂ ਕਿਹਾ ਐਕਟਿੰਗ ਦੇ ਉੱਤੇ ਆ ਕਹਿੰਦਾ ਠੀਕ ਆ ਪਰ ਇਹ ਵੀ ਕਹਿੰਦਾ ਇੱਕ ਸੇਮ ਲਾਈਨ ਵਾ ਇਹ ਵੀ ਕਹਿੰਦਾ ਇੱਕ ਐਕਟਿੰਗ ਦੀ ਲਾਈਨ ਵਾ ਆਪਣੇ ਦੂਜੀ ਦੀ ਆਰਟ ਦੀ ਲਾਈਨ ਵਾ ਤੂੰ ਟਰਾਈ ਕਰ ਜੇ ਲਿਖੋਗੇ ਠੀਕ ਨਹੀਂ ਤਾਂ ਨਾ ਸੀ ਅਤੇ ਫਿਰ ਜਦੋਂ ਮੈਂ ਹੌਲੀ ਹੌਲੀ ਲਿਖਣ ਲੱਗ ਪਿਆ ਤਾਂ ਫਿਰ ਮੈਂ ਉਹ ਸੁਣਾਉਣ ਲੱਗ ਪਿਆ ਕਹਿੰਦਾ ਦੇਖ ਗੱਲ ਬਣਨ ਲੱਗ ਪਈ ਹੈ ਨਾ ਨਹੀਂ ਮੈਂ ਕਹਿੰਦਾ ਠੀਕ ਆ ਪਰ ਮੈਂ ਕਿਹਾ ਮੈਂ ਐਕਟਿੰਗ ਕਹਿੰਦਾ ਤੂੰ ਕਰੀ ਜਾ ਯਾਰ ਹੈ ਨਾ ਜਿੱਦਾਂ ਤੂੰ ਕਹਿੰਦਾ ਲਿਖਣ ਲੱਗ ਵੀ ਨਾਲ ਲੱਗ ਪਾ ਨਾਲ ਹੈ ਨਾ ਅਤੇ ਫਿਰ ਮੈਂ ਜਦੋਂ ਇੱਥੇ ਵੀ ਆਉਂਦਾ ਹੈ ਤਾਂ ਕਈ ਵਾਰੀ ਜਿੱਦਾਂ ਬਹੁਤ ਅੱਛੇ ਅੱਛੇ ਗਾਣੇ ਚਲੋ ਲਿਖ ਹੋਏ ਆ ਅਤੇ ਸਭ ਨੇ ਬੜੇ ਪਸੰਦ ਕੀਤੇ ਆ ਜਦੋਂ ਆਪਣੇ ਯਾਰਾਂ ਦੋਸਤਾਂ ਸੁਣਾਉਣੇ ਪਹਿਲਾਂ ਵੀ ਕਿੱਦਾਂ ਵੀ ਸਾਰੇ ਗਾਣੇ ਤੈਂ ਲਿਖਿਆ ਮੈਂ ਕਿਹਾ ਹਾਂ ਯਾਰ ਹੈ ਨਾ ਅਤੇ ਤੁਸੀਂ ਦੇਖ ਰਹੇ ਹਾਂ ਜੀ ਇਸ ਵਕਤ ਸਾਡੇ ਨਾਲ ਇੰਟਰਵਿਊ ਕਰ ਰਹੇ ਨੇ ਰਾਜ ਸੰਧੂ ਜੀ ਹਾਈਵੇ 5 ਮੂਵੀ ਲੈ ਕੇ ਆ ਰਹੇ ਨੇ ਔਰ 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੋ ਗੱਲਾਂ ਬਾਤਾਂ ਅਸੀਂ ਇਹਨਾਂ ਦੇ ਨਾਲ ਥੋੜ੍ਹੀਆਂ ਜਿਹੀਆਂ ਹੋਰ ਕਰਾਂਗੇ ਪਰ ਤੁਸੀਂ ਦੇਖਦੇ ਰਹੋ ਜੀ ਆਪਣਾ ਟੀਵੀ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ। ਕਾਲਾ ਕਿੱਧਰ? ਕਾਲਾ ਸੀ ਨਾਲ, ਮਤਲਬ ਕਾਲੇ ਨਾਲ ਇੱਕ ਹੋਰ ਕਾਲਾ ਜਾਣਾ ਪੈਣਾ। ਕਿੱਥੇ? ਸਿਆਟਲ। ਸਿਆਟਲ ਜੇ ਬ
ਬਹੁਤਾ ਤੂੰ ਜੀਣਾ ਮੁੰਡਿਆ ਥੋੜੀ ਕਰਦੇ ਪੀਣਾ ਮੁੰਡਿਆ How did you? Truck drivers, bahut ande to the club. Mere clients are good boys hunde ya bahut strong. ਪੁਲਸੀਆ ਬੜਾ ਕਸੂਤਾ ਢਾਉਂਦਾ ਸਾਲੇ ਕੈਨੇਡੀਅਨ ਦੁੱਧ ਲੈ ਕੇ ਭੱਜ ਜਾਂਦੇ ਆ ਸਵਾਗਤ ਹੈ ਜੀ ਤੁਹਾਡਾ ਆਪਣਾ ਟੀਵੀ ਤੇ ਤੁਹਾਡੀ ਆਪਣੀ ਹੋਸਟ ਬਲਜਿੰਦਰ ਕੌਰ ਦੇ ਨਾਲ ਗੱਲਬਾਤ ਅੱਜ ਅਸੀਂ ਕਰ ਰਹੇ ਹਾਂ ਜੀ ਰਾਜ ਸੰਧੂ ਜੀ ਹੁਣਾਂ ਦੇ ਨਾਲ ਹਾਈਵੇ 5 ਮੂਵੀ ਬਾਰੇ ਔਰ ਨਾਂ ਸੁਣ ਕੇ ਪਹਿਲਾਂ ਸਾਨੂੰ ਲੱਗਦਾ ਸੀ ਕਿ ਮੂਵੀ ਕੋਈ ਇੰਗਲਿਸ਼ ਦੀ ਜਾਂ ਹਿੰਦੀ ਦੀ ਹੋਊਗੀ ਪਰ ਮੂਵੀ ਪੰਜਾਬੀ ਆ ਔਰ ਬਹੁਤ ਹੀ ਰੰਗ ਵੰਨਗੀਆਂ ਇਹਨਾਂ ਨੇ ਇਸ ਮੂਵੀ ਦੇ ਵਿੱਚ ਦਿਖਾਈਆਂ ਨੇ ਗੱਲਬਾਤ ਕਰਦੇ ਹਾਂ ਰਾਜ ਜੀ ਹੁਣਾਂ ਨਾਲ ਅਤੇ ਹੋਰ ਗੱਲਾਂ ਬਾਤਾਂ ਪਤਾ ਕਰਦੇ ਹਾਂ ਕਿ ਸੋ ਰਾਜ ਜੀ ਜਿਹੜੇ ਇਹਦੇ ਗੀਤ ਸੀ ਉਹ ਤੁਹਾਡੀ ਕਲਮ 'ਚੋਂ ਨਿਕਲੇ ਆ ਤੁਸੀਂ ਦੱਸਿਆ ਕਿ ਬਹੁਤ ਹੀ ਵਧੀਆ ਵਧੀਆ ਜਿਹੜੇ ਸਿੰਗਰ ਆ ਆਰਟਿਸਟ ਆ ਉਹਨਾਂ ਨੇ ਗਾਏ ਆ ਜੀ ਤੁਸੀਂ ਜਦੋਂ ਇਹੋ ਗੀਤ ਲਿਖੇ ਸੀ ਤੁਸੀਂ ਇਹ ਜਹਿਨ ਦੇ ਵਿੱਚ ਕਿਹੜੀਆਂ ਗੱਲਾਂ ਨੂੰ ਖਾਸ ਕਰਕੇ ਰੱਖਿਆ ਸੀ ਇੱਕ ਤਾਂ ਤੁਸੀਂ ਦਾਰੂ 'ਤੇ ਲਿਖਿਆ ਸੀ ਹਾਂਜੀ ਉਹ ਬੜਾ ਵਧੀਆ ਆ ਵੀ ਇੱਕ ਮੈਸੇਜ ਵੀ ਦਿੱਤਾ ਆ ਹਾਂਜੀ ਉਹ ਜਦੋਂ ਆਪਣੇ ਓਂਕਾਰ ਮਨਹਾਸ ਉਹਨੇ ਵੀ ਇੱਕ ਗਾਣਾ ਗਾਇਆ ਬਹੁਤ ਵਧੀਆ ਜੀ ਤੇ ਉਹਨੇ ਦਲੇਰ ਸਾਹਿਬ ਨੂੰ ਅਪਰੋਚ ਕੀਤੀ ਵੀ ਗਾਣਾ ਗਾਉਣਾ ਤਾਂ ਉਹ ਕਹਿੰਦੇ ਭੇਜ ਕਿਹੜਾ ਆ ਤੇ ਉਹਨੇ ਜਦੋਂ ਗਾਣਾ ਸੁਣਿਆ ਕਹਿੰਦੇ ਕਿਹਦੀ ਕਰਤੂਤ ਵਾ ਇਹ ਕਹਿੰਦੇ ਗੱਲ ਵੀ ਭੰਗੜੇ ਵਾਲੀ ਆ ਗੱਲ ਵੀ ਸ਼ਰਾਬ ਦੀ ਆ ਤੇ ਹੈਗੀ ਵੀ ਨਸੀਹਤ ਵਾਲੀ ਆ ਨਾ ਤੇ ਤੁਸੀਂ ਸੁਣਿਆ ਹੋਣਾ ਗਾਣਾ ਉਹ ਕਿਡਨੀ ਖਰਾਬ ਹਾਂਜੀ ਉਹ ਕਹਿੰਦੇ ਜੇ ਬਹੁਤਾ ਤੂੰ ਜੀਣਾ ਮੁੰਡਿਆ ਥੋੜ੍ਹੀ ਕਰਦੇ ਪੀਣਾ ਮੁੰਡਿਆ ਭਰੀ ਜਵਾਨੀ ਦੇ ਵਿੱਚ ਤੇਰੀ ਦੇਖੀ ਨਬਜ਼ ਖੜੋ ਜਾਣੀ ਕਿਡਨੀ ਖਰਾਬ ਤੇਰੀ ਕਿਡਨੀ ਖਰਾਬ ਤੇਰੀ ਕਿਡਨੀ ਖਰਾਬ ਤੇਰੀ ਹੋ ਜਾਣੀ ਬਿਲਕੁਲ ਜੀ ਔਰ ਦਲੇਰ ਮਹਿੰਦੀ ਸਾਹਿਬ ਦਾ ਸਟਾਈਲ ਵੀ ਇਦਾਂ ਦਾ ਹਾਂਜੀ ਇਦਾਂ ਦਾ ਔਰ ਇਦਾਂ ਦੇ ਗਾਣੇ ਉਹਦਾ ਉਹਨਾਂ ਦੇ ਜਿਹੜੇ ਆ ਉਹ ਬਹੁਤ ਫੇਮਸ ਹੁੰਦੇ ਆ ਔਰ ਇਹ ਵੀ ਗਾਣਾ ਬੜਾ ਸੁਣਿਆ ਜਾ ਰਿਹਾ ਹੈਗਾ ਹਾਂਜੀ ਕਾਫੀ ਅੱਛਾ ਰਿਸਪੌਂਸ ਆ ਰਿਹਾ YouTube ਤੇ ਉੱਤੇ ਵੀ ਆਪਣੇ ਕੁਝ ਗਾਣੇ ਆ ਜਿਹੜੇ ਲੱਖ ਵਿਊਜ਼ ਤੋਂ ਪਟਪ ਚੁੱਕੇ ਨੇ ਇੱਕ ਮੰਜਲ Song ਬੜਾ ਵਧੀਆ ਆ ਜੀ ਹਾਂਜੀ ਪਲਕ ਮੁਸ਼ਲ ਨੇ ਗਾਇਆ ਸੀਗਾ ਉਹਨਾਂ ਨੂੰ ਬਹੁਤ ਅੱਛਾ ਪਸੰਦ ਆ ਬਹੁਤ ਹੀ ਅੱਛੇ ਆਰਟਿਸਟ ਨੇ ਉਹ ਜੀ ਤੇ ਉਹ ਹਾਂਜੀ ਭਈ ਇੱਕ ਉਹਦੇ ਵਿੱਚ ਸੀਨ ਆ ਫਿਲਮ ਦੇ ਵਿੱਚ ਉਹ ਸੀ ਜਾਨੀ ਫਰੈਂਡ ਦੂਸਰੇ ਫਰੈਂਡ ਨੂੰ ਮਿਲ ਕੇ ਨਿਕਲਦਾ ਜਿਹੜਾ ਡੈਥ ਬੈੱਡ ਤੇ ਪਿਆ ਹੁੰਦਾ ਗੱਲਾਂ ਕਰਦੇ ਬਾਹਰ ਆਉਂਦੇ ਨੇ ਤੇ ਉਹ ਫਿਰ ਮੇਰੇ ਉਸ ਵੇਲੇ ਦਿਮਾਗ 'ਚ ਆਇਆ ਸੀ ਗਾਣਾ ਦੋ ਤਿੰਨ ਗਾਣੇ ਰਾਈਟ ਵਿੱਚ ਜਿੱਦਾਂ ਜਿਹੜੇ ਫਿਲਮ ਵਿੱਚ ਨਹੀਂ ਸੀਗੇ ਪਰ ਮੈਨੂੰ ਬਹੁਤ ਵਧੀਆ ਮੈਂ ਇੱਥੇ ਇੱਕ ਥੋਟ ਆਇਆ ਅਤੇ ਉਹ ਸੀਗਾ ਭਈ ਤੁਸੀਂ ਸੋਚਦਾ ਵੀ ਜਾਨੀ ਅਸੀਂ ਬਿਨਾਂ ਗੱਲੋਂ ਢੇਰੀ ਢਾ ਲੈਂਦੇ ਹਾਂ ਵੀ ਹਾਂਜੀ ਵੀ ਮੈਂ ਮਰ ਜਾਣਾ ਮੈਂ ਇੱਦਾਂ ਕਰਾਂ ਉੱਦਾਂ ਕਰਦਾ ਕਈ ਇਹੋ ਜਿਹੇ ਵੀ ਅਸੀਂ ਪਿੰਡਾਂ ਵੀ ਬੁੜੇ ਦੇਖਦੇ ਜਿੰਨੀ ਵਾਰੀ ਜਾ ਕੇ ਮਿਲਦੇ ਹਾਂ ਬਹੁਤ ਆਖਰੀ ਆ ਕਿ ਮੇਲੇ ਗੇਲੇ ਨਾ ਮੈਂ ਤਾਂ 20 ਸਾਲ ਹੋ ਗਿਆ ਮੈਂ ਕਿਹਾ ਇੱਦਾਂ ਹੀ ਕਹੀ ਜਾਓ ਤੁਸੀਂ ਹੈ ਨਾ ਵੀ ਤੁਹਾਡੀਆਂ ਉਹ ਸੀਗਾ ਵੀ ਜਿਉਣ ਦੀ ਆਸ ਨੂੰ ਰੱਖ ਤਾਂ ਸਾਹਾਂ ਬਣਦੀਆਂ ਰਹਿਣਗੀਆਂ ਮੰਜ਼ਿਲ ਵੇਖੇਗਾ ਤੇ ਰਾਹਾਂ ਬਣਦੀਆਂ ਰਹਿਣਗੀਆਂ ਵੀ ਹੁਣ ਜੇ ਅਸੀਂ ਮੰਜ਼ਿਲ ਦੇਖੀ ਆ ਤਾਂ ਰਾਹ ਬਣਦੀ ਬਣਦੀ ਸਿੱਧੇ ਤੱਕ ਪਹੁੰਚ ਗਿਆ ਬਿਲਕੁਲ ਜੀ ਰਾਈਟ ਸੋ ਜੀ ਇੱਕ ਦ੍ਰਿੜ ਇਰਾਦਾ ਆ ਤੁਹਾਡਾ ਤੁਹਾਨੂੰ ਪਤਾ ਕਿ ਮੰਜ਼ਿਲ ਪਾਉਣੀ ਆ ਮੈਂ ਇੱਥੇ ਪਹੁੰਚਣਾ ਆ ਤਾਂ ਬਸ ਚੱਲਦੇ ਚਲੋ ਚੱਲਦੇ ਚਲੋ ਹਾਂਜੀ ਪਰ ਤੁਸੀਂ 12 ਸਾਲ ਦੀ ਤਪੱਸਿਆ ਕੀਤੀ ਤੇ ਮੰਜ਼ਿਲ ਪਾ ਲਈ ਹਾਈਵੇ 5 ਮੰਜ਼ਿਲ ਵੀ ਨਹੀਂ ਜੀ ਹਾਈਵੇ ਤੇ ਬਿਲਕੁਲ ਬਿਲਕੁਲ ਜੀ ਅਰੇ ਰਾਜ ਜੀ ਜਦੋਂ ਅਸੀਂ ਗੱਲਾਂ ਕਰਦੇ ਆ ਕਿ ਮੂਵੀ ਦੇ ਵਿੱਚ ਕੰਮ ਕੀਤਾ ਬਹੁਤ ਸਾਰੇ ਸਾਡੇ ਨੌਜਵਾਨ ਆ ਜਿਹੜੇ ਬੰਬੇ ਜਾਂਦੇ ਆ ਆਪਣੀ ਕਿਸਮਤ ਅਜਮਾਉਣ ਜਾਂਦੇ ਆ ਉੱਥੇ ਦੀ ਲਾਈਫ ਬਾਰੇ ਕੋਈ ਐਕਸਪੀਰੀਅੰਸ ਇਹੋ ਜਿਹਾ ਜਿਹੜਾ ਤੁਸੀਂ ਕੋਈ ਦੱਸਣਾ ਚਾਹੁੰਦੇ ਆ ਸਾਡੇ ਜਿਹੜੇ ਦਰਸ਼ਕ ਦੇਖਦੇ ਆ ਜਾਂ ਤੁਸੀਂ ਨੌਜਵਾਨ ਪੀੜ੍ਹੀ ਨੂੰ ਕੋਈ ਇਹੋ ਜਿਹਾ ਮੈਸੇਜ ਉੱਥੇ ਦੀ ਲਾਈਫ ਬਾਰੇ ਦੇਣਾ ਚਾਹੁੰਦੇ ਕਿਉਂਕਿ ਇੱਥੇ ਸਾਡੇ ਕੈਨੇਡਾ ਵਰਗੇ ਮੁਲਕ ਵਿੱਚ ਵੀ USA ਦੇ ਵਿੱਚ ਵੀ ਬਹੁਤ ਬੱਚੇ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਬੰਬੇ ਜਾਣਾ ਆ ਅਸੀਂ ਐਕਟਰ ਬਣਨਾ ਆ ਸੋ ਤੁਸੀਂ ਜਿੰਨਾ ਮੁਸ਼ਕਲਾਂ ਵਿੱਚੋਂ ਦੀ ਨਿਕਲ ਕੇ 12 ਸਾਲ ਥੋੜੇ ਨਹੀਂ ਜੀ ਹੁੰਦੇ ਹਾਂਜੀ ਸੋ ਤੁਸੀਂ ਕੁਛ ਆਪਣਾ ਲਾਈਫ ਦਾ ਕੁਛ ਐਕਸਪੀਰੀਅੰਸ ਕੁਛ ਗੱਲਾਂ ਔਕੜਾਂ ਮੁਸ਼ਕਲਾਂ ਕੁਛ ਸਾਂਝੀਆਂ ਕਰੋ ਹਾਂਜੀ ਇਹਦੇ ਬਾਰੇ ਮੈਂ ਇਹੀ ਕਹੂੰਗਾ ਜੀ ਭਈ ਚਲੋ ਮੈਂ ਆਪਣੇ ਜੋ ਵੀ ਐਕਸਪੀਰੀਅੰਸ ਹੈਗਾ ਮੈਂ ਨਹੀਂ ਚਾਹੁੰਦਾ ਵੀ ਕਿਸੇ ਦੀ ਲਾਈਫ ਖਰਾਬ ਹੋਵੇ ਜਾਂ ਕਿਸੇ ਦਾ ਕੁਛ ਵੀ ਭਈ ਭਟਕ ਜਾਓ ਮੈਂ ਆਪਣੇ ਵਾਸਤੇ ਦੱਸ ਸਕਦਾ ਇਸ ਬਾਰੇ ਵੀ ਜਦੋਂ ਮੈਂ ਗਿਆ ਸੀ ਤਾਂ ਕਾਫੀ ਜਿੱਦਾਂ ਹੈ ਨਾ ਆਪਣੇ ਜਿਹੜੇ ਕਲਾਸ ਦੇ ਵਿੱਚ ਜਦੋਂ ਮੈਂ ਕੋਰਸ ਲੈ ਲਿਆ ਫਿਰ ਕਾਫੀ ਫਰੈਂਡ ਬਣ ਗਿਆ ਹੈ ਨਾ ਕੋਰਸ ਵਾਲਾ ਇੱਕ ਵਧੀਆ ਗੱਲ ਹੈ ਕਿ ਉਹ ਤੁਹਾਡਾ ਸਰਕਲ ਵਧੀਆ ਬਣ ਜਾਂਦਾ ਤੁਹਾਨੂੰ ਕੋਈ ਨਾ ਕੋਈ ਕਿਸੇ ਪਾਸੇ ਸੇਧ ਮਿਲਣ ਲੱਗ ਪੈਂਦੀ ਆ ਤੇ ਮੈਨੂੰ ਤਾਂ ਕਹਿਣਾ ਵੀ ਯਾਰ ਤੂੰ ਅਸੀਂ ਪਾਰਟੀ ਕਰਦੇ ਹਾਂ ਕਲੱਬ ਚੱਲਦੇ ਹਾਂ ਇੱਦਾਂ ਕਰਦੇ ਹਾਂ ਮੈਂ ਕਿਹਾ ਯਾਰ ਇਹੀ ਕੰਮ ਕਰਨੇ ਹੁੰਦੇ ਤਾਂ ਮੈਂ ਕਿਹਾ ਸਾਡਾ ਵੈਨਪੁਰ ਬਹੁਤ ਸੋਹਣਾ ਡਾਊਨ ਟਾਊਨ ਦੇ ਵਿੱਚ ਨੰਬਰ 1 ਕਲੱਬ ਹੋਇਆ ਨਾ ਅਤੇ ਇੱਕ ਤਾਂ ਮੈਂ ਇਸ ਚੀਜ਼ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਉੱਥੇ ਕਲੱਬਾਂ ਤੋਂ ਪਾਰਟੀਜ਼ ਤੋਂ ਇੱਦਾਂ ਹੈ ਨਾ ਮੋਸਟਲੀ ਜਿਹੜੇ ਉੱਥੇ ਲੋਕ ਭਟਕ ਜਾਂਦੇ ਨੇ ਜਿਹੜੇ ਇਹਨਾਂ ਕੰਮਾਂ ਵਿੱਚ ਪੈ ਜਾਂਦੇ ਨੇ ਉਹ ਦੇਖਦੇ ਵੀ ਸਟਾਰ ਦਾਰੂ ਪੀਂਦੇ ਆ ਜਾਂ ਸਟਾਰ ਸਮੋਕ ਕਰਦੇ ਆ ਕੁਛ ਸਭ ਤੋਂ ਪਹਿਲਾਂ ਉਹ ਦੇਖਦੇ ਆ ਵੀ ਅਸੀਂ ਵੀ ਇੱਦਾਂ ਕਰੀਏ ਮੈਂ ਕਈ ਉੱਥੇ ਮੁੰਡੇ ਕੁੜੀਆਂ ਜਾਨੀ ਜਿਹੜੇ ਜਾਨੀ ਕੋਕ ਬਿਨਾਂ ਅਸੀਂ ਪੀਂਦੇ ਮੈਂ ਉਹ ਸ਼ਰਾਬ ਪੀਂਦੇ ਦੇਖੇ ਉਹ ਸਿਗਰਟਾਂ ਪੀਂਦੇ ਦੇਖੇ ਆ ਉਹ ਕਹਿੰਦੇ ਸਟਾਈਲ ਬਣਦਾ ਹੀ ਆ ਤੁਹਾਨੂੰ ਨਹੀਂ ਪਤਾ ਹੁੰਦਾ ਮੈਂ ਕਿਹਾ ਯਾਰ ਜਿਹੜੀ ਐਕਟਿੰਗ ਉਹ ਤਾਂ ਸਿੱਖ ਲਓ ਪਹਿਲਾਂ
ਮੋਸਟਲੀ ਕਹੋ ਜਿਹਨੇ ਵੀ ਬੰਬੇ ਜਾਣਾ ਹੈ ਕੁਛ ਵੀ ਕਰਨਾ ਨਾ ਸਿੱਖਣਾ ਬਹੁਤ ਜ਼ਰੂਰੀ ਆ ਰਾਈਟ ਫਿਰ ਸਿੱਖ ਕੇ ਜਾਣੀ ਇਸ ਮਾਰਕੀਟ ਵਿੱਚ ਤੁਹਾਡੀ ਜਿਹੜੀ ਅਲੱਗ ਪਹਿਚਾਣ ਬਣੂਗੀ ਵੀ ਹਾਂਜੀ ਇਹਨੂੰ ਕਹਿੰਦੇ ਐਕਟਿੰਗ ਯਾਰ ਨਵਾਂ ਮੁੰਡਾ ਆਇਆ ਨਵੀਂ ਕੁੜੀ ਆਈ ਯਾਰ ਐਕਟਿੰਗ ਦੀ ਕਿੰਨੀ ਵਧੀਆ ਕਰਦੇ ਨੇ ਅਤੇ ਮੋਸਟਲੀ ਇਹ ਵੀ ਜਦੋਂ ਜਾਣਾ ਸਿੱਖੋ ਪਰ ਪਾਰਟੀ ਦੂਰ ਰਹੋ ਰਾਈਟ ਚਲੋ ਪਾਰਟੀ ਕਰੋ ਮੈਂ ਇਹ ਨਹੀਂ ਕਹਿੰਦਾ ਇੱਦਾਂ ਪਰ ਬਹੁਤ ਹੀ ਜ਼ਿਆਦਾ ਨਾ ਹੋਵੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਮਕਸਦ ਤੋਂ ਭਟਕ ਜਾਓ ਸੋ ਆਪਣੇ ਕੰਮ 'ਤੇ ਫੋਕਸ ਕਰੋ ਆਪਣੇ ਜਿਹੜੇ ਤੁਸੀਂ ਮਕਸਦ ਲਈ ਗਏ ਆ ਹਾਂਜੀ ਸੋ ਉਹਨੂੰ ਤੁਸੀਂ ਅੱਗੇ ਰੱਖ ਕੇ ਪਾਰਟੀ ਵੀ ਜ਼ਿੰਦਗੀ 'ਚ ਜ਼ਰੂਰੀ ਆ ਜ਼ਰੂਰੀ ਆ ਹਾਂਜੀ ਨਹੀਂ ਪਰ ਇਹ ਨਹੀਂ ਮੈਂ ਚਾਹੁੰਦਾ ਵੀ ਤੁਸੀਂ ਜਾਣੀ ਹਫ਼ਤੇ ਦੋ ਤਿੰਨ ਪਾਰਟੀ ਚੱਲ ਰਹੀ ਆ ਰਾਤ ਨੂੰ ਤੁਸੀਂ ਪਾਰਟੀ ਕਰ ਸਵੇਰ ਨੂੰ ਸਾਡੇ ਤੋਂ ਕਲਾਸ ਸਾਡੀ 8 ਵਜੇ ਸ਼ੁਰੂ ਹੋ ਜਾਂਦੀ ਹੈ ਜਾਂ 9 ਵਜੇ ਜੋ ਵੀ ਟਾਈਮਿੰਗ ਹੋਵੇਗੀ ਹੈ ਨਾ ਉੱਥੇ ਜਾ ਕੇ ਤੁਹਾਡੇ ਉੱਠ ਨਹੀਂ ਹੋ ਰਿਹਾ ਰਾਈਟ ਪਰ ਉਹ ਚਲੋ ਮੈਂ ਮੰਨਦਾ ਪਾਰਟੀ ਚਲੋ ਅਸੀਂ ਵੀ ਕਰਦੇ ਹਾਂ ਪਰ ਇੱਕ ਉਹ ਚੀਜ਼ ਦੂਰ ਰੱਖੋ ਆਪਣੇ ਆਪ ਨੂੰ ਮੇਰਾ ਇੱਕ ਫਰੈਂਡ ਹਮੇਸ਼ਾ ਕਹਿੰਦਾ ਚਲੋ ਨਾਮ ਵੀ ਲੈਣਾ ਉਹਦਾ ਹੀਰ ਕਮਲ ਆਪਣੇ ਪੰਜਾਬੀ ਗਾਇਕ ਅਤੇ ਮੈਨੂੰ ਕਈ ਵਾਰੀ ਜਦੋਂ ਮੈਂ ਹਲੇ ਬੰਬੇ ਗਿਆ ਵੀ ਨਾ ਸੀ ਉਹ ਮੈਨੂੰ ਉਹਨੇ ਬਹੁਤ ਗੱਲ ਵਧੀਆ ਲੱਗਦੀ ਮੈਂ ਬਹੁਤੇ ਲੋਕਾਂ ਨੂੰ ਬੰਬੇ ਗੱਲ ਸੁਣਾਈ ਆ ਉਹ ਕਹਿੰਦਾ ਤਾਂ ਕਹਿੰਦਾ ਛੋਟੀਆਂ ਛੋਟੀਆਂ ਖੁਸ਼ੀਆਂ ਕਰਕੇ ਆਪਣੀ ਵੱਡੀ ਖੁਸ਼ੀ ਨਾ ਤਿਆਗ ਦਿਓ ਆ ਸਾਡੀ ਛੋਟੀਆਂ ਖੁਸ਼ੀਆਂ ਪਾਰਟੀ ਕਰਨੀ ਹੈ ਨਾ ਜਿਹੜੀ ਵੱਡੀ ਖੁਸ਼ੀ ਆ ਉਹ ਸਾਡੀ ਸਕਸੈਸ ਵਾ ਜੀ ਜਦੋਂ ਸਕਸੈਸ ਆ ਗਈ ਆ ਛੋਟੀਆਂ ਛੋਟੀਆਂ ਪਾਰਟੀਆਂ ਚੱਲਦੀਆਂ ਰਹਿਣੀਆਂ ਮੈਨੂੰ ਕਮਲ ਦੀ ਉਹ ਗੱਲ ਅੱਜ ਵੀ ਮੈਂ ਉਹਨੂੰ ਕਹਿੰਦਾ ਹੁੰਦਾ ਮੈਂ ਕਮਲ ਉਹ ਗੱਲ ਤੇਰੀ ਬਹੁਤ ਵਧੀਆ ਕਈਆਂ ਨੂੰ ਗੱਲ ਕਹੀ ਆ ਕਿਉਂਕਿ ਜੇ ਕਿਸੇ ਤੁਹਾਨੂੰ ਇੱਕ ਵਧੀਆ ਗੱਲ ਕਹੀ ਆ ਉਹਨੂੰ ਸੁਣੋ ਅਤੇ ਅੱਗੇ ਵੀ ਸੁਣਾਓ ਜੀ ਰਾਈਟ ਫਿਰ ਦੱਸੋ ਮੈਨੂੰ ਉੱਥੋਂ ਸੁਣੀ ਜੇ ਮੈਂ ਉਹਦੀ ਗੱਲ ਸੁਣ ਕੇ ਮੈਂ ਅਮਲ ਕਰ ਸਕਦਾ ਤਾਂ ਤੁਸੀਂ ਵੀ ਕਰ ਸਕਦੇ ਹੋ ਜੀ ਔਰ ਰਾਜ ਜੀ ਇਸ ਮੂਵੀ ਤੋਂ ਇਲਾਵਾ ਆਉਣ ਵਾਲੇ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੀ ਹੋਰ ਪਲਾਨ ਹੈ ਕਿਹੋ ਜਿਹੀਆਂ ਮੂਵੀਆਂ ਤੁਸੀਂ ਕਰਨਾ ਚਾਹੁੰਦੇ ਹੋ ਹਾਂਜੀ ਇੱਕ ਸਾਡੀ ਹੋਰ ਮੂਵੀ ਆ ਮੇਰਾ ਵਤਨ ਉਹ ਆਲਮੋਸਟ ਰੈਡੀ ਹੋਣੇ ਵਾਲੀ ਹੈ ਜਲਦੀ ਅਤੇ ਉਹਦੇ ਵਿੱਚ ਗੁਲਸ਼ਨ ਗਰੋਵਰ ਜੀ ਹੈ ਸਾਡੇ ਨਾਲ ਅਤੇ ਹੋਰ ਵੀ ਬੰਬੇ ਦੇ ਆਰਟਿਸਟ ਹੈ ਸਾਡੇ ਨਾਲ ਅਤੇ ਇਸ ਫਿਲਮ ਦੀ ਰਿਲੀਜ਼ ਤੋਂ ਬਾਅਦ ਫਿਰ ਚਲੋ ਬਰਸਾਤਾਂ ਸ਼ੁਰੂ ਹੋਣੀਆਂ ਅਤੇ ਇੱਕ ਸਾਡਾ ਪ੍ਰੋਜੈਕਟ ਹੈਗਾ ਆ ਗੁਰੂ ਅਤੇ ਲਾਲ ਚੱਲੇ ਸਾਊਥ ਹਾਲ ਪੰਜਾਬੀ ਫਿਲਮ ਆ ਅਤੇ ਚੱਲੇ ਸਾਊਥ ਹਾਲ ਜਿਹੜੀ ਪਿੰਡ ਦੋ ਮੁੰਡੇ ਸਟੋਰੀ ਆ ਅਤੇ ਹੋਪਫੁਲੀ ਅਸੀਂ ਜਲਦੀ ਉਹ ਫਿਲਮ ਸ਼ੁਰੂ ਤੋਂ ਕਰਾਂਗੇ ਸੋ ਸਾਊਥ ਹਾਲ ਦੇ ਵਿੱਚ ਜਾ ਕੇ ਨਹੀਂ ਨਹੀਂ ਵਿਚਾਰਿਆਂ ਦਾ ਸੁਪਨਾ ਹੁੰਦਾ ਪਰ ਜਾ ਨਹੀਂ ਹੁੰਦਾ ਸੁਪਨਾ ਜਾ ਨਹੀਂ ਹੁੰਦਾ ਭੂਆ ਉੱਥੇ ਰਹਿੰਦੀ ਹੁੰਦੀ ਆ ਹੈ ਨਾ ਭੂਆ ਗੱਲਾਂ ਕਰ ਜਦੋਂ ਸਾਰੇ ਕਰਦੇ ਹੁੰਦੇ ਬਾਹਰ ਜਾ ਕੇ ਉੱਥੇ ਇੱਦਾਂ ਹੁੰਦੀ ਉੱਥੇ ਇੱਦਾਂ ਹੁੰਦੀ ਉੱਥੇ ਇੱਦਾਂ ਹੁੰਦੀ ਬਟਨ ਦਾ ਬੁਆ ਹੁੰਦਾ ਬਟਨ ਦਾ ਬੁਆ ਹੁੰਦਾ ਸਾਡੇ ਨਾਲ ਬਟਨ ਦਾ ਬਲਬ ਵੀ ਨਹੀਂ ਜਗਦਾ ਹੈ ਨਾ ਇੰਡੀਆ ਜੇ ਕਹਿੰਦਾ ਭੂਆ ਸਾਨੂੰ ਕੱਢ ਲਾ ਜਾਣੀ ਇੱਦਾਂ ਦਾ ਆ ਭਾਈ ਚਲੋ ਅਸੀਂ ਉਹਦੀ ਗੱਲ ਕਿਤੇ ਇਨ ਫਿਊਚਰ ਕਰਾਂਗੇ ਆ ਕੇ ਅਤੇ ਹੋਪਫੁਲੀ ਹਾਂਜੀ ਸਾਡੇ ਦੋ ਤਿੰਨ ਪ੍ਰੋਜੈਕਟ ਹੈਗੇ ਆ ਔਰ ਸਾਨੂੰ ਵੀ ਤੁਹਾਡੀਆਂ ਗੱਲਾਂ ਤੋਂ ਹਮੇਸ਼ਾ ਲੱਗਦਾ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਮੂਵੀ ਦੇ ਵਿੱਚ ਕੀ ਹੋਣਾ ਸਾਰਾ ਕੁਛ ਤਾਂ ਅਸੀਂ ਨਹੀਂ ਜੀ ਦੱਸਣਾ ਕਿਉਂਕਿ ਕੁਛ ਐਕਸਾਈਟਮੈਂਟ ਵੀ ਜ਼ਰੂਰੀ ਹੁੰਦੀ ਹੈ ਸੋ ਪਰ ਤੁਸੀਂ ਆਪਣਾ ਟਾਈਮ ਕੱਢਿਆ ਰਾਜ ਜੀ ਕੀ ਕਹਿਣਾ ਚਾਹੋਗੇ ਸਾਡੇ ਪਰਿਵਾਰਾਂ ਨੂੰ ਸਾਡੇ ਸਰੋਤਿਆਂ ਨੂੰ ਨਹੀਂ ਦੇਖੋ ਸਭ ਤੋਂ ਪਹਿਲਾਂ ਬਲਜਿੰਦਰ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਉੱਥੇ ਲੈ ਕੇ ਪਹਿਲਾਂ ਰੇਡੀਓ 'ਤੇ ਹੁਣ ਟੀ ਵੀ ਦੇ ਉੱਤੇ ਅਤੇ ਬਾਕੀ ਭਾਜੀ ਹੁਣਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਦਿਲੋਂ ਵੀ ਮੈਨੂੰ ਇਸ ਫਿਲਮ ਸਕਸੈਸ ਮਿਲੇ ਮੈਂ ਵਾਰ ਵਾਰ ਇੱਥੇ ਆ ਕੇ ਇੰਟਰਵਿਊਜ਼ ਕਰਾਂ ਅਤੇ ਆਪਣੇ ਦਰਸ਼ਕਾਂ ਦੇ ਰੂਬਰੂ ਹੋਵਾਂ ਅਤੇ ਪਲੀਜ਼ ਵੰਸ ਅਗੇਨ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦਾ ਤੁਸੀਂ ਮੇਰਾ ਨਵਾਂ ਮੁੰਡਾ ਆ ਪਹਿਲੀ ਵਾਰੀ ਫਿਲਮ ਆ ਪਰ ਮੇਰਾ ਐਕਸਪੀਰੀਅੰਸ ਬਹੁਤ ਜ਼ਿਆਦਾ ਆ ਫਿਲਮ ਦੇਖਿਓ ਤੁਹਾਨੂੰ ਬਹੁਤ ਅੱਛੀ ਪਿਕਚਰ ਲੱਗੇਗੀ ਅਤੇ ਪਰਫੋਰਮੈਂਸ ਵਾਈਜ਼ ਤੁਸੀਂ ਮੈਨੂੰ ਬਹੁਤ ਪਸੰਦ ਜੀ ਥੈਂਕ ਯੂ ਰਾਜ ਜੀ ਤੁਸੀਂ ਦੇਖੀ ਜੀ ਇੰਟਰਵਿਊ ਰਾਜ ਸੰਧੂ ਹੋਣਾ ਦੇ ਨਾਲ ਹਾਈਵੇ 5 ਮੂਵੀ ਇਹਨਾਂ ਦੀ ਆ ਰਹੀ ਹੈ 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੋ ਤੁਸੀਂ ਜ਼ਰੂਰ ਆਪਣੇ ਪਰਿਵਾਰਾਂ ਦੇ ਨਾਲ ਜਾ ਕੇ ਦੇਖਿਓ ਦੇਖਦੇ ਰਿਹਾ ਕਰੋ ਜੀ ਆਪਣਾ ਟੀਵੀ ਤੁਹਾਡੀ ਆਪਣੀ ਹੋਸਟ ਬਲਜਿੰਦਰ ਕੌਰ ਦੇ ਨਾਲ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆ